ਵਾਰ ਦੀ ਗੱਲ ਕਰਦੇ ਹਾਂ ਪ੍ਰੋਬੈਬਿਲਟੀ ਇਹ ਡਿਸਕ੍ਰੀਟ ਮੈਥਮੈਟਿਕਸ ਦੀ ਬੁੱਕ ਹੈ ਠੀਕ ਹੈ ਸ਼ਰਮਾ ਪਬਲੀਕੇਸ਼ਨ ਦੀਆਂ ਹੀ ਲੈਣੀਆਂ ਨੇ ਇਹ ਆਪਣੀ ਹੀ ਬੁੱਕ ਹੈ ਆਪਣੀ ਬੁੱਕ ਹੈ ਨਵੀਂ ਪੁਰਾਣੀ ਜਿਹੜੀ ਮਿਲਦੀ ਹੈ ਲੈ ਲਓ ਸਿਲੇਬਸ ਕਵਰ ਹੋ ਜਾਵੇ ਨਹੀਂ ਵੀ ਬੁੱਕ ਲੈਣੀ ਤਾਂ ਵੀ ਚੱਲ ਜਾਵੇ ਤਾਂ ਮੈਂ ਆਪਣਾ ਸਿਲੇਬਸ ਇੱਥੇ ਟੌਪਿਕ ਕੰਪਲੀਟ ਕਰਾਂ ਸਭ ਤੋਂ ਪਹਿਲਾਂ ਕੁਝ ਬੇਸਿਕ ਗੱਲਾਂ ਦੱਸ ਰਹਾਂ ਇਹਦੇ ਵਿੱਚ ਤੁਹਾਨੂੰ ਜਿਸ ਤਰ੍ਹਾਂ ਆਪਾਂ ਇੱਕ ਹੁੰਦਾ ਡਾਈਸ ਜਾਂ ਡਾਈ ਤੁਸੀਂ ਲੁੱਡੋ ਵਗੈਰਾ ਖੇਡਦੇ ਹੋਵੋਗੇ ਨਾ ਗੇਮਾਂ ਬਹੁਤ ਖੇਡਦੇ ਹੋ ਮੈਨੂੰ ਪਤਾ ਤੁਸੀਂ ਲੁੱਡੋ ਵਗੈਰਾ ਖੇਡਦੇ ਹੋ ਆਪਾਂ ਡਾਈਸ ਕਹਿੰਦੇ ਹਾਂ ਉਹਦੇ 6 ਫੇਸ ਹੁੰਦੇ ਨੇ ਠੀਕ ਹੈ ਕਿਊਬ ਵੀ ਕਹਿ ਸਕਦੇ ਆਪਾਂ 6 ਫੇਸ ਤਸਵੀਰ ਆ ਪਿਕਚਰਾਂ ਫਰੰਟ ਬੋਟਮ ਸੋਰੀ ਫਰੰਟ ਬੈਕ ਟੋਪ ਬੋਟਮ ਲੈਫਟ ਰਾਈਟ ਉਹਦੇ ਡੋਟ ਲੱਗੇ ਹੁੰਦੇ 1 2 3 4 5 6 ਤੱਕ ਦੇ ਡੋਟ ਹੁੰਦੇ ਜਾਂ ਕਈ ਵਾਰੀ ਆਪਾਂ 1 2 3 4 5 6 ਵੀ ਕਹਿ ਦਿੰਦੇ ਸੋ ਜੇ ਆਪਾਂ ਡਾਈਸ ਥਰੋ ਕਰਦੇ ਹਾਂ ਸਿੱਟਦੇ ਹਾਂ ਤਾਂ ਲਾਜ਼ਮੀ ਤੌਰ 'ਤੇ 1 2 6 ਦੇ ਵਿੱਚੋਂ ਵਿੱਚੋਂ ਕੋਈ ਨੰਬਰ ਆਉਂਦਾ ਸਭ ਦੇ ਆਉਣ ਦੇ ਬਰਾਬਰ ਚਾਂਸ ਹੁੰਦੇ ਜੇ ਆਪਾਂ ਬਾਇਸਡ ਅਨਬਾਇਸਡ ਡਾਈਸ ਲੈਂਦੇ ਅਨਬਾਇਸਡ ਡਾਈਸ ਵੀ ਹੁੰਦੀ ਆ ਕਿ ਜਿਹਦੇ 6 ਫੇਸ ਨੇ 6 ਦੇ 1 ਤੋਂ ਲੈ ਕੇ 6 ਤੱਕ ਡੋਟ ਲੱਗੇ ਹੋਏ ਨੇ ਤੁਸੀਂ ਕੋਈ ਛੇੜਛਾੜ ਨਹੀਂ ਕੀਤੀ ਤੁਸੀਂ 4 ਵਾਲੇ ਦੇ ਨਾਲ 2 ਹੋਰ ਲਾ ਕੇ 6 ਨਹੀਂ ਬਣਾਇਆ ਹੈਗਾ ਉਹ ਤਾਂ ਫਿਰ ਬਾਇਸ ਆ ਜਾਊਗਾ ਭੇਦਭਾਵ ਕੀਤਾ ਹੋਇਆ ਸਾਰਿਆਂ ਦੇ ਆਉਣ ਦੀ ਪ੍ਰੋਬੈਬਿਲਟੀ ਬਰਾਬਰ ਆ ਨਿਊਮਰੇਟਰ 'ਚ ਰੱਖਦੇ ਹੁੰਦੇ ਆਪਾਂ ਜਿੰਨੇ ਉਹਦੇ ਫੇਵਰੇਬਲ ਕੇਸਿਸ ਨੇ ਡਿਨੋਮੀਨੇਟਰ 'ਚ ਰੱਖਦੇ ਹੁੰਦੇ ਆਪਾਂ ਟੋਟਲ ਕਿੰਨੇ ਕੇਸਿਸ ਨੇ ਜਿਵੇਂ ਹੁਣ ਈਵਨ ਨੰਬਰ ਆਉਣ ਦੀ ਕੀ ਪੋਸੀਬਿਲਟੀ ਹੈ ਈਵਨ ਨੰਬਰ ਇੱਥੇ ਕਿੰਨਾ ਨੇ 10 2 ਹੈ 4 ਹੈ ਤਾਂ 6 ਆ ਸੋ ਫੇਵਰੇਬਲ ਕੇਸ 3 ਹੋ ਗਏ ਟੋਟਲ ਕੇਸ 6 ਨੇ ਸੋ 3/6 ਜਾਂ 1/2 ਕਹਿ ਸਕਦੇ ਹਾਂ ਠੀਕ ਹੈ ਸੋ ਪੋਸੀਬਿਲਟੀ ਜਦੋਂ ਆਪਾਂ ਜਿੰਨੇ ਆ ਵੀ ਆਊਟਕਮਸ ਨੇਗੀਆਂ ਆਊਟਕਮ ਦਾ ਮਤਲਬ ਰਿਜ਼ਲਟ ਕਿਹੜੇ ਕਿਹੜੇ ਨਿਕਲ ਰਹੇ ਨੇ ਉਹਨਾਂ ਨੂੰ ਆਪਾਂ ਜਦੋਂ ਇੱਕ ਸੈੱਟ ਦੀ ਫਾਰਮ ਦੇ ਵਿੱਚ ਰਾਈਟ ਆਊਟ ਕਰਦੇ ਆ ਇਫ ਵੀ ਕੰਬਾਈਨ ਆਲ ਦਾ ਆਊਟਕਮਸ ਇਨ ਦਾ ਸੈੱਟ ਫਾਰਮ ਦੈਨ ਦੈਟ ਸੈੱਟ ਇਜ਼ ਕਾਲਡ ਸੈਂਪਲ ਸਪੇਸ ਕਲੈਕਸ਼ਨ ਆਫ ਆਲ ਪੋਸੀਬਲ ਆਊਟਕਮਸ ਸੈਂਪਲ ਸਪੇਸ ਹੋ ਗਿਆ 10 ਤੋਂ ਕਲੈਕਸ਼ਨ ਆਫ ਆਲ ਪੋਸੀਬਲ ਆਊਟਕਮਸ ਜੇ ਹੁਣ ਆਪਾਂ ਇੱਕ ਡਾਈਸ ਦਿੱਤੀ ਸੀ ਉਹਦਾ ਤਾਂ ਇੱਕ ਡਾਈਸ ਸੀ ਹੁਣ ਮੈਂ ਜੇ 2 ਡਾਈਸ ਨੇ ਇਕੱਠੀਆਂ ਦੋਨਾਂ ਨੂੰ ਥਰੋ ਕਰਾਂ ਤਾਂ ਕੀ ਆ ਸਕਦਾ ਪਹਿਲੀ ਤੇ 1 ਆ ਸਕਦਾ ਦੂਜੀ ਤੇ 1 ਆ ਸਕਦਾ ਦੂਸਰੀ ਤੇ 1 ਨਾਲ 2 ਵੀ ਆ ਸਕਦਾ ਦੂਸਰੀ ਤੇ 1 ਨਾਲ 6 ਵੀ ਆ ਸਕਦਾ ਸੋ ਇਹ 36 ਕੇਸ ਬਣ ਗਿਆ ਆਪਣੇ ਕੋਲ 1 ਦੇ ਨਾਲ 6 ਕੇਸ ਨੇ 2 ਦੇ ਨਾਲ 6 ਕੇਸ ਨੇ 3 ਦੇ ਨਾਲ 6 ਕੇਸ ਨੇ 4 ਦੇ ਨਾਲ 4 ਕੇਸ 6 ਕੇਸ ਨੇ 5 ਦੇ ਨਾਲ 6 ਕੇਸ ਨੇ 6 ਨਾਲ 6 ਕੇਸ ਨੇ ਜੇ ਆਪਾਂ 2 ਡਾਈਸ ਥਰੋ ਕਰਦੇ ਆ ਤਾਂ ਪਹਿਲੇ ਦੇ ਆਊਟ ਨੰਬਰ ਆਫ ਆਊਟਕਮ ਨੂੰ ਦੂਜੇ ਦੇ ਨੰਬਰ ਆਫ ਆਊਟਕਮ ਨਾਲ ਮਲਟੀਪਲਾਈ ਕਰੋ ਇੱਕ ਡਾਈਸ ਦੇ ਹੋਗੇ 6 ਕੇਸ 2 ਡਾਈਸ ਦੇ ਹੋਗੇ 36 ਕੇਸ ਜੇ ਆਪਾਂ ਮੰਨ ਲਓ 3 ਡਾਈਸ ਥਰੋ ਕਰਦੇ ਆ ਤਾਂ ਇੱਕ ਡਾਈਸ ਦੇ ਕਿੰਨੇ ਆਉਂਦੇ ਆ 6 ਕੇਸ ਉਹਦੀ ਪਾਵਰ ਦੇ ਵਿੱਚ ਲਿਖ ਦੇਣਾ ਨੰਬਰ ਆਫ ਆਈਟਮਸ ਨੰਬਰ ਆਫ ਆਬਜੈਕਟਸ ਜਿਵੇਂ ਇਹਦੇ ਟੋਟਲ ਲਿਖਣ ਦੇ ਲਈ 6 ਦੀ ਪਾਵਰ ਆਪਾਂ 2 ਕਰਦਾ ਸੋ ਇਸੇ ਤਰੀਕੇ ਨਾਲ ਆਪਾਂ ਗੱਲ ਕਰਦੇ ਆ ਕਿ ਨੰਬਰ ਆਫ ਐਲੀਮੈਂਟਸ ਇਨ ਦਾ ਸੈਂਪਲ ਸਪੇਸ ਆਫ ਐਨ ਥਿੰਗਸ ਐਨ ਚੀਜ਼ਾਂ ਦੇ ਵਿੱਚ ਜੇ ਇਹ ਸਿਮਿਲਰ ਚੀਜ਼ਾਂ ਇਹਦੇ ਨਾਲ ਇਹ ਵੀ ਗੱਲ ਕਰ ਲਓ ਐਨ ਸਿਮਿਲਰ ਥਿੰਗਸ ਜੇ ਡਿਸਿਮਿਲਰ ਨੇ ਫਿਰ ਨਹੀਂ ਤੁਸੀਂ ਕਹੋਗੇ ਇੱਕ ਪਾਸੇ ਦਾ ਮੈਂ ਕੋਇਨ ਸੈੱਟ ਕਰ ਲਿਆ ਐਨੀ ਕਹਿ ਰਹੀ ਹੈ ਕਿ ਇੱਕ ਅਰਥ ਤਾਂ ਮੇਰੇ ਕੋਲ ਡਾਈਸ ਆ ਦੂਜੇ ਅਰਥ ਮੇਰੇ ਕੋਲ ਕੋਇਨ ਆ ਫਿਰ ਉਹ ਅਲੱਗ ਚੀਜ਼ ਬਣਦੀ ਫਿਰ ਉਹਦਾ ਆਪਾਂ ਅਲੱਗ ਤਰੀਕੇ ਨਾਲ ਦੇਖਾਂਗੇ ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਕਿ ਨੰਬਰ ਆਫ ਐਲੀਮੈਂਟਸ ਆਫ ਸੈਂਪਲ ਸਪੇਸ ਆਫ ਆਊਟਕਮਸ ਆਫ 1 ਆਬਜੈਕਟ 1 ਥਰੋ ਦੀ ਪਾਵਰ ਦੇ ਵਿੱਚ ਨੰਬਰ ਆਫ ਥਿੰਗਸ ਜਿੰਨੀਆਂ ਵੀ ਸਿਮਿਲਰ ਥਿੰਗਸ ਹੋਣਗੀਆਂ ਇਵੈਂਟ ਕੀ ਹੋ ਗਿਆ ਇਵੈਂਟ ਦਾ ਮੀਨਿੰਗ ਹੋ ਗਿਆ ਸੈਂਪਲ ਇਵੈਂਟ ਜਦੋਂ ਕੋਈ ਕੰਮ ਕਰਦੇ ਹਾਂ ਕੁਛ ਥਰੋ ਕੀਤਾ ਉਹਦਾ ਕੁਛ ਰਿਜ਼ਲਟ ਨਿਕਲੂਗਾ ਉਹਨੂੰ ਆਪਾਂ ਇਵੈਂਟ ਕਹਿੰਦੇ ਹਾਂ ਉਸ ਤੋਂ ਬਾਅਦ ਕੋਇਨ ਦੀ ਜੇ ਗੱਲ ਕਰੀਏ ਕੋਇਨ ਜਿਹੜਾ ਬਾਇਸ ਅਨਬਾਇਸਡ ਕੋਇਨ ਆ ਸਿੱਕਾ ਆਇਆ ਉਹਦੇ ਦੋ ਪਾਸੇ ਹੁੰਦੇ ਨੇ ਇੱਕ ਨੂੰ ਆਪਾਂ ਹੈੱਡ ਕਹਿੰਦੇ ਇੱਕ ਨੂੰ ਟੇਲ ਕਹਿੰਦੇ ਹੁਣ ਚਾਹੇ ਅਮਰੀਕਾ ਦਾ ਚੱਕ ਲਓ ਡਾਲਰ ਚੱਕ ਲਓ ਚਾਹੇ ਇੰਡੀਆ ਦਾ ਰੁਪਈਆ ਚੱਕ ਲਓ ਚਾਹੇ ਪਾਕਿਸਤਾਨ ਦਾ ਚੱਕ ਲਓ ਕਿਸੇ ਦਾ ਦਰਾਮ ਚੱਕ ਲਓ ਠੀਕ ਹੈ ਆਪਾਂ ਤਾਂ ਕੋਇਨ ਦੀ ਗੱਲ ਕਰਦੇ ਹਾਂ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਹੋਈ ਠੀਕ ਹੈ ਉਹਦੇ ਇੱਦਾਂ ਅੱਗੇ ਖੜਨ ਦੀ ਪੋਸੀਬਿਲਟੀ ਨਹੀਂ ਹੈਗੀ ਆਪਾਂ ਅਲੱਗ ਚੀਜ਼ਾਂ ਨੇਗੀਆਂ ਆਪਾਂ ਜਸਟ ਗੱਲ ਕਰ ਰਹੇ ਹਾਂ ਪੋਸੀਬਲ ਇਵੈਂਟਸ ਦੀ ਕਿ ਆਪਾਂ ਟੇਬਲ 'ਤੇ ਜਾਂ ਸਿੱਕਾ ਉਛਾਲਾਂਗੇ ਉਹ ਨੀਚੇ ਆ ਕੇ ਗਿਰੂਗਾ ਜਾਂ ਆਪਣੇ ਹੈਡ ਆਊਗਾ ਜਾਂ ਟੇਲ ਆਊਗਾ ਸੋ ਇੱਕ ਦੇ ਨੰਬਰ ਆਫ ਆਊਟਕਮਸ ਕਿੰਨੀ ਹੋਣਗੀਆਂ ਐਚ ਟੀ ਹੈਡ ਟੇਲ ਜੇ ਆਪਾਂ 2 ਕੋਇਨ ਸਿੱਟਦੇ ਹਾਂ ਪਹਿਲੇ ਹੈੱਡ ਦੇ ਨਾਲ ਹੈੱਡ ਆ ਸਕਦਾ ਜਾਂ ਹੈੱਡ ਦੇ ਨਾਲ ਟੇਲ ਆ ਸਕਦਾ ਜਾਂ ਟੇਲ ਦੇ ਨਾਲ ਟੇਲ ਆ ਸਕਦਾ ਜਾਂ ਟੇਲ ਦੇ ਨਾਲ ਹੈੱਡ ਆ ਸਕਦਾ ਇਹ ਸੋਚ ਕੇ ਦੇਖ ਲੈਣਾ 4 ਕੇਸ ਬਣ ਗਏ ਕਿਉਂਕਿ 1 ਦੇ 2 ਸੀਗੇ ਤਾਂ 2 ਕੋਇਨਸ ਦੇਓਗੇ 2 ਦੀ ਪਾਵਰ 2 ਕਰਕੇ 4 ਆ ਜੇ 3 ਕੋਇਨ ਸਿੱਟਦੇ ਹਾਂ ਤਾਂ 2 ਦੀ ਪਾਵਰ 3 ਕਰਕੇ 8 ਆਉਣਗੇ ਟ੍ਰਿਪਲ ਐਚ ਟ੍ਰਿਪਲ ਟੀ ਜਾਂ ਐਚ ਦੇ ਨਾਲ ਡਬਲ ਟੀ ਜਾਂ ਐਚ ਟੀ ਐਚ ਜਾਂ ਐਚ ਐਚ ਟੀ ਇੱਦਾਂ ਪੋਸੀਬਲ ਉਹ ਤੋਂ ਬਾਅਦ ਆ ਗਿਆ ਕੰਪਾਊਂਡ ਇਵੈਂਟ ਜਿਵੇਂ ਐਨੀ ਨੇ ਕਿਹਾ ਸੀਗਾ ਕਿ ਮੈਂ ਥਰੋ ਕਰ ਰਹੀ ਹਾਂ ਵੀ ਮੋਰ ਦੈਨ 2 ਡਿਸਿਮਿਲਰ ਆਬਜੈਕਟਸ ਇੱਥੇ ਆਊਗਾ ਡਿਸਿਮਿਲਰ ਅਲੱਗ ਅਲੱਗ ਤਰ੍ਹਾਂ ਦੇ ਜਦੋਂ ਆਪਾਂ ਇਹਨਾਂ ਨੂੰ ਥਰੋ ਕਰਾਂਗੇ ਇਹਨੂੰ ਬੋਲਦੇ ਆਪਾਂ ਕੰਪਾਊਂਡ ਇਵੈਂਟ ਜਿਵੇਂ ਇੱਕ ਕੋਇਨ ਦੇ ਨਾਲ ਡਾਈਸ
उस तो बाद प्लेइंग कार्ड से मैं लास्ट लैक्चर के काफ़ी डिटेल के बारे में दसिया से प्लेइंग कार्ड डैक कह देंगे ताश नहीं होगा कहते हैं हैगी अगर थोड़े को हाँ जी घर है 10 रुपए की मिलेगी कोई वोकेशन कुड़ी पुतों लै लो मैंने दर्द लै लो ठीक है वधिया जे कार्ड्स हो जोड़े फटन फिर मैं छेती तो थोड़े कोई भी एंट्रेंस टेस्ट दोगे कोई ऑब्जेक्टिव टाइप का पेपर दोगे सब तो ज़्यादा सामने ये आने के चांस होंगे ठीक है बहुत हैल्पफुल होगी ये तो ऑब्जेक्टिव टाइप के पेपर के तैयारी करने लाजमी तौर पर लै लो घर खरीद के ध्यान ना देखो सारे बच्चों रख लो फिर उन्होंने क्लासीफिकेशन कर लो आ लैक्चर है मेरा यूट्यूब दिन हो पढ़ लो ना रख लो काफ़ी कुछ हैल्प मिल जाएगी हूँ ये टोटल 52 कार्ड होंगे ने अनबायस छेड़छाड़ नहीं की जोकर नहीं पता कि कट गए ठीक है सो ये दो कलर होंगे एक ब्लैक कलर होता एक रेड कलर होता ब्लैक कलर के भी 26 कार्ड ने ब्लैक रेड कलर के भी 26 कार्ड ने उस तो बाद आ गया सूट्स टाइप्स कई कई घंटे लगा के पूरे चैप्टर का निचोड़ कट के नोट्स तैयार कर रहे हैं इन तो हैल्प लै लो पढ़ लो थोड़ा पूरा चैप्टर 10 मिनट में रिवीज़ हो ਉਹਦੇ ਵਿੱਚ 4 ਤਰ੍ਹਾਂ ਦੇ ਟਾਈਪਸ ਦੇ ਕਾਰਡ ਹੁੰਦੇ ਆ ਇੱਕ ਵਰਡ ਹੁੰਦਾ ਇਸ ਸ਼ੇਪ ਦਾ ਇਹਦੇ ਵੀ 13 ਹੁੰਦੇ ਆ ਇੱਕ ਡਾਇਮੰਡ ਹੁੰਦਾ ਇਸ ਸ਼ੇਪ ਦਾ ਇਹ ਟੁਗੈਦਰ ਨੇ ਪੰਜਾਬੀ ਦਾ ਆਪਾਂ ਇਹਨੂੰ ਮਤਲਬ ਦਿਲ ਦਾ ਬੰਦਾ ਕਹਿ ਦਿੰਦੇ ਆ ਇੱਕ ਦਾ ਹੁੰਦਾ ਪੰਜਾਬੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਹਨੂੰ ਡਾਇਮੰਡ ਕਹਿ ਦਿੰਦੇ ਇਹਦੇ ਵਿੱਚ 26 ਕਾਰਡ 13 ਟੋਟਲ ਰੈੱਡ ਕਲਰ ਦੇ 26 ਕਾਰਡ ਹੁੰਦੇ ਇੱਕ ਹੁੰਦਾ ਸਪੇਡ ਚਿੜੀਆ 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 ਕਹਿੰਦੇ ਨੇ ਉਹਨੂੰ ਆਪਾਂ ਪੰਜਾਬੀ ਦੇ ਵਿੱਚ ਇਹਦੇ ਵੀ 13 ਕਾਰਡ ਹੁੰਦੇ ਉਸ ਤੋਂ ਬਾਅਦ ਕਲੱਬ ਹੋ ਗਿਆ ਇਹਨੂੰ ਪਾਂਦਾ ਹੁੰਦਾ ਕਹਿ ਦਿੰਦੇ ਨੇ ਆਪਾਂ ਕਲੱਬ ਦੇ ਇਸ ਤਰ੍ਹਾਂ ਇਹਦੇ ਵੀ 13 ਕਾਰਡ ਹੁੰਦੇ ਸੋ ਇਹਨੂੰ ਬਲੈਕ ਕਲਰ ਦਿੰਦੇ ਆ ਜਿਹੜਾ ਰੈੱਡ ਕਲਰ ਹੈ ਤਾਂ ਕਰਕੇ ਟੋਟਲ 26 ਹੋ ਗਈ ਸੋ 4 ਤਰ੍ਹਾਂ ਦੇ ਸੂਟਸ ਨੇ ਜੀ ਇਹਦੇ ਵਿੱਚ ਹਰੇਕ ਸੂਟ ਦੇ 13-13 ਕਾਰਡ ਨੇ ਹਰੇਕ ਸੂਟ ਦੇ ਜੇ ਤੁਸੀਂ ਕਹੋਗੇ ਜੀ ਰੈੱਡ ਕਲਰ ਦੇ ਸੋਰੀ ਵਰਡ ਦੇ ਕਿਹੜੇ ਕਿਹੜੇ ਕਾਰਡ ਨੇ 13 ਅਲੱਗ ਅਲੱਗ ਤਰ੍ਹਾਂ ਦੇ ਕਾਰਡ ਨੇ ਠੀਕ ਹੈ ਕੱਪੜਾ ਦੋਨਾਂ ਬਾਰੇ ਡਿਟੇਲ ਹੈ ਫੇਸ ਕਾਰਡ ਤਸਵੀਰਾਂ ਵਾਲੇ ਆਕ੍ਰਿਤੀਆਂ ਵਾਲੇ ਮੂਰਤਾਂ ਵਾਲੇ ਕਿੰਨੇ ਨੇਗੇ ਫੇਸ ਕਾਰਡ ਕਿਹੜੇ ਕਿਹੜੇ ਨੇ ਇੱਕ ਹੁੰਦਾ ਕਿੰਗ ਕੇ ਨਾਲ ਲੱਗ ਜਾਂਦਾ ਇਹਦੇ ਵੀ 4 ਪੱਤੇ ਹੁੰਦੇ ਨੇ ਇਹ 4 ਦੇ ਵਿੱਚ 4 ਟਾਈਪ ਦੇ ਹੋਣਗੇ ਹਰਟ ਦਾ ਕਲੱਬ ਦਾ ਸਪੇਡ ਦਾ ਟਾਈਪ ਉਸ ਤੋਂ ਬਾਅਦ ਕੁਈਨ ਆ ਗਿਆ ਕਿਉਂ ਨਾ ਲਿਖਿਆ ਹੁੰਦਾ ਇਹਦੇ ਵੀ 4 ਕਾਰਡ ਆ ਉਸ ਤੋਂ ਬਾਅਦ ਜੈਕ ਆ ਗਿਆ ਚੇਨ ਵਾਲੇ ਬੰਦੇ ਦੇ ਵੀ 4 ਕਾਰਡ ਆ ਸੋ ਫੇਸ ਕਾਰਡ ਟੋਟਲ ਕਿੰਨੇ ਹੋ ਗਏ 12 ਸੋ 12 ਫੇਸ ਕਾਰਡ ਹੋ ਗਏ ਜਿਨ੍ਹਾਂ ਦੇ ਵਿੱਚ ਆਪਾਂ 3 ਟਾਈਪ ਦੇ ਫੇਸ ਦੀ ਗੱਲ ਕਰ ਲਈ ਈਚ ਟਾਈਪ ਦੇ ਕੋਲ ਹਰੇਕ 4 ਸੂਟਸ ਦਾ ਇੱਕ ਇੱਕ ਕਾਰਡ ਆ ਠੀਕ ਹੈ ਉਸ ਤੋਂ ਬਾਅਦ ਆ ਗਿਆ ਏਸ ਹੁਕਮ ਦਾ ਪੱਤਾ ਏਸ ਏ ਲੈਟਰ ਨੂੰ ਕਿਹਾ ਜਾਂਦਾ ਏ 4 ਹੁੰਦੇ ਇਹਦੇ ਨਾਲ ਦੇ ਇਹ 4 ਦੇ ਵੀ ਹਰੇਕ ਸੂਟ ਦਾ ਕਾਰਡ ਹੋਊਗਾ ਕਲੱਬ ਦਾ ਸਪੇਡ ਦਾ ਡਾਇਮੰਡ ਦਾ ਹਰਟ ਦਾ ਏ ਦਾ ਇਹ ਫੇਸ ਕਾਰਡ ਹੋ ਜਾਏਗਾ ਸਭ ਤੋਂ ਵੱਧ ਵੈਲਿਊ ਰੱਖਦਾ ਇਹ ਏਸ ਦਾ ਪੱਤਾ ਆਪਾਂ ਕਹਿੰਦੇ ਹੁੰਦੇ ਹਾਂ ਉਹ ਤਾਂ ਹੁਕਮ ਦਾ ਪੱਤਾ ਆ ਜਿਹੜੇ ਮਰਜ਼ੀ ਹਾਲਾਤਾਂ ਨੂੰ ਚੈੱਕ ਕਰ ਲਿਓ ਸਹੀ ਡਿਸੀਜਨ ਹੀ ਲਓ ਠੀਕ ਹੈ ਹੁਕਮ ਦਾ ਸਭ ਤੋਂ ਵੱਧ ਵੈਲਿਊ ਹੁੰਦੀ ਹੈ ਉਹ ਤੋਂ ਬਾਅਦ ਨੰਬਰ ਕਾਰਡ ਹੋਵੇ ਨੰਬਰ ਕਾਰਡ ਇੱਕ ਵਾਲਾ ਨਹੀਂ ਹੁੰਦਾ ਪੱਤਾ ਕਦੇ ਵੀ ਕਾਰਡ ਤਾਸ਼ ਦੇ ਵਿੱਚ 2 ਤੋਂ ਲੈ ਕੇ 10 ਤੱਕ ਦੇ ਨੇਗੇ 2 ਦਾ 3 ਦੇ 2 ਦੇ ਵੀ 4 ਨੇ 3 ਦੇ ਵੀ 4 ਨੇ 4 ਦੇ ਵੀ 4 ਨੇ 5 ਦੇ ਵੀ 4 ਨੇ 6 ਦੇ ਵੀ 4 ਨੇ 7 ਦੇ ਵੀ 4 ਨੇ 8 ਦੇ ਵੀ 4 ਨੇ 9 ਦੇ ਵੀ 4 ਨੇ 10 ਦੇ ਵੀ 4 ਪੱਤੇ 2 ਦੇ ਵੀ ਹਰੇਕ ਸ਼ੂਟ ਦਾ ਪੱਤਾ ਹੈ ਹਰੇਕ ਸ਼ੂਟ ਦਾ ਕਾਰਡ ਹੈ ਕਲੱਬ ਦਾ ਸਪੇਡ ਦਾ ਡਾਇਮੰਡ ਦਾ ਕਾਰਡ ਦਾ ਸਾਰਿਆਂ ਦੇ 10 ਦੇ 10 ਪੱਤੇ ਸੋ ਇਹ ਟੋਟਲ ਕਿੰਨੇ ਹੋ ਗਏ 9 ਹੁੰਦੇ ਆ 4 ਤਰ੍ਹਾਂ ਦੇ ਸ਼ੂਟਸ ਨੇ ਹੁਣ 36 ਕਾਰਡ ਹੋ ਗਏ ਜਿਹੜੇ ਨੰਬਰ ਕਾਰਡ ਦੇ ਨੇ ਇਹਨਾਂ ਦੀ ਵੈਸੇ ਲੋੜ ਘੱਟ ਪੈਂਦੀ ਪਰ ਫਿਰ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਉਸ ਤੋਂ ਬਾਅਦ ਦੁਬਾਰਾ ਥੋੜ੍ਹਾ ਜਿਹਾ ਰਿਵਿਊ ਲੈ ਲਈਏ ਕਿੰਗ ਦੇ 4 ਨੇ ਕੁਈਨ ਦੇ 4 ਨੇ ਜੈਕ ਦੇ 4 ਨੇ ਇਹ ਟੋਟਲ 12 ਫੇਸ ਕਾਰਡ ਹੋ ਗਏ ਏਸ ਦੇ 4 ਨੇਗੇ ਨੰਬਰ ਕਾਰਡ 36 ਹੋ ਗਏ ਫੇਸ ਕਾਰਡ ਹੋ ਗਏ 12 ਏਸ ਕਾਰਡ ਹੋ ਗਏ 4 ਨੰਬਰ ਕਾਰਡ ਹੋ ਗਏ 36 ਸਾਰਿਆਂ ਦਾ ਸਮ ਕਰਕੇ ਟੋਟਲ 52 ਕਾਰਡ ਹੁੰਦੇ ਆ ਠੀਕ ਹੈ ਜੀ ਬਲੈਕ ਦੇ 26 ਹੁੰਦੇ ਆ 13 ਸਪੇਡ ਦੇ 13 ਕਲੱਬ ਦੇ ਰੈੱਡ ਦੇ 26 ਹੁੰਦੇ ਆ 13 ਹਰਟ ਦੇ 13 ਡਾਇਮੰਡ ਦੇ ਕਲਰ ਹੋ ਗਏ 2 ਟਾਈਪ ਕਲਰ ਜਿਹੜੇ ਕੋਈ ਵੀ ਗੇਮ ਖੇਡਣੀ ਹੈ ਨਾ ਗੇਮ ਖੇਡਣ ਤੋਂ ਪਹਿਲਾਂ ਉਹਦੇ ਸਾਰੇ ਰੂਲ ਸਿੱਖ ਲਓ ਸਾਰੀਆਂ ਬਾਰੀਕੀਆਂ ਸਿੱਖ ਲਓ ਕਿ ਕਿੱਥੇ ਕਿੱਥੇ ਅਸੀਂ ਆਊਟ ਹੋ ਸਕਦੇ ਹਾਂ ਉੱਥੇ ਉੱਥੇ ਜ਼ਿਆਦਾ ਧਿਆਨ ਨਾਲ ਉਸਦਾ ਡਿਸੀਜਨ ਲਓ ਤੁਸੀਂ ਗੇਮ 'ਚ ਆਊਟ ਨਹੀਂ ਹੋਵੋਗੇ ਐਂਡ ਤੱਕ ਖੜੋਗੇ ਸਾਰੇ ਆਊਟ ਹੋ ਜਾਣਗੇ ਤੁਸੀਂ ਆਊਟ ਜੇ ਗੇਮ ਦੇ ਰੂਲ ਕਲੀਅਰ ਹੋ ਅਦਰਵਾਈਜ਼ ਆਊਟ ਹੋਣ ਤਾਂ ਇੱਕ ਮਤਲਬ ਜੇ ਰੂਲ ਨਹੀਂ ਹੁੰਦੇ ਉਸ ਤੋਂ ਬਾਅਦ ਡਾਇਗਨਲ ਵਾਲਾ ਸਮ ਆ ਗਿਆ ਵੈਸੇ ਆਪਾਂ ਕੰਪੀਟੀਸ਼ਨ 'ਚ ਪੜ੍ਹ ਲਿਆ ਕਿ ਕਿਸੇ ਦੇ ਕਿੰਨੇ ਡਾਇਗਨਲ ਹੋ ਸਕਦੇ ਆ ਜਿਵੇਂ ਮੰਨ ਲਓ ਸਕੇਅਰ ਹੈ ਆ ਤਾਂ ਸਾਈਡ ਹੋ ਗਿਆ ਕਿ ਕੋਈ ਵੀ ਸਾਈਡ ਡਰਾ ਕਰਨ ਦੇ ਲਈ ਮੈਨੂੰ 2 ਵਰਟੈਕਸਿਸ ਦੀ ਲੋੜ ਆ ਨੋਡ ਜਾਂ ਵਰਟੈਕਸ ਕਹਿੰਦੇ ਨੇ ਆਪਾਂ ਉਸ ਤੋਂ ਬਾਅਦ ਇਹਦੇ ਮਿਲਾਵਾਂਗੇ ਕਿੰਨੇ ਇੱਕ ਆ ਹੋ ਗਿਆ ਇੱਕ ਆ ਹੋ ਗਿਆ ਟੋਟਲ ਕਿੰਨੇ ਸੀਗੇ 4 ਇਹਦਾ ਮਤਲਬ 4 ਸੀ 2 ਕਰਕੇ 4 ਇੰਟੂ 4 ਮਾਈਨਸ 1/2 ਦੈਟ ਮੀਨਸ 4 ਇੰਟੂ 3/2
6 डायगोनल आ सकते हैं पर साइड माइनस होंगे आ टोटल आ साइड हो गया एन साइड सो ये कि साइड सी चार सी आप दो माइनस कर रहे एक डायगोनल आ वाला आ गया एक डायगोनल आ गया डू यू अंडरस्टैंड हैंड शेक करना होगा तो आप भी अपना ही गलत कर रहे एन सी टू माइनस एन काफ़ी हेल्पफुल है जे एन हैंड शेक कर रहे आप फॉर्मूला लगाने एन सी टू का उत्तर एन माइनस नहीं कर रहे परसन माइनस नहीं कर रहे ठीक है ध्यान रखो यहाँ काफ़ी क्वेश्चन आते हैं उस तो बाद हम जो गल करिए ए की प्रोबेबिलिटी मान लो एन है सो ए दे नॉट की प्रोबेबिलिटी कितनी होगी मान लो एन इनू आप ए दे पावर बार नाल भी डिनोट कर देंगे नॉट की किसी काम के ना होने की प्रोबेबिलिटी ए की ए इस तरीके पता लग जाती है जे ए की प्रोबेबिलिटी एम है तो ए दे नॉट की प्रोबेबिलिटी होगी वन माइनस वन माइनस ठीक है प्रोबेबिलिटी है जी ये जीरो तो शुरू होकर वन तक जाती है जीरो तो लैस नहीं हो सकती जीरो हो सकती है वन हो सकती है मैक्सिमम प्रोबेबिलिटी कितनी है वन ये मैक्सिमम प्रोबेबिलिटी है ये मिनिमम प्रोबेबिलिटी है ठीक है तुहाडे कॉलेज आने की कुछ ना कुछ प्रोबेबिलिटी हैगी है तुहाडे क्लास लाने की कुछ ना कुछ प्रोबेबिलिटी हैगी है पर जे मैं कॉलेज आया तो मेरे क्लास लाने की प्रोबेबिलिटी वन है क्योंकि इंश्योरमेंट है तुहाडा तीजा साल है इत्थे पेपर पढ़ते हो कदे अज तक फ्लैशबैक जाके देख लो तो मैं क्या भी यार मेरा मूड नहीं लैक्चर लगा जहाँ मैं लैक्चर नहीं लगाना अज तुसी चल दो जे कोई इत्थे खड़ा हो भेज कदे अज तक होया ਤੁਸੀਂ ਆਏ ਹੋ ਇੱਧਰ ਉੱਧਰ ਫਿਰਦੇ ਹੋ ਜ਼ਰੂਰੀ ਕੰਮ ਕਰਨਾ ਕਿਸੇ ਨੇ ਕਿਤੇ ਪਾਰਕ 'ਚ ਬੈਠਣਾ ਕਿਤੇ ਨਾ ਕਿਸੇ ਬੈਠਣਾ ਕੋਈ ਜ਼ਰੂਰੀ ਗੱਲ ਕਰਨੀ ਹੈ ਕੋਈ ਘਰ ਦਾ ਮਸਲਾ ਡਿਸਕਸ ਕਰਨਾ ਕੋਈ ਸਰਕਾਰ ਦਾ ਮਸਲਾ ਡਿਸਕਸ ਕਰਨਾ ਹੋ ਸਕਦਾ ਤੁਸੀਂ ਵੀ ਉਹ ਬਹੁਤ ਜ਼ਰੂਰੀ ਆ ਲੈਕਚਰ ਤੋਂ ਕੋਈ ਗੱਲ ਨਹੀਂ ਦੇਖ ਲਾਂਗੇ ਬਾਅਦ 'ਚ ਉਹਦੀ ਪ੍ਰੋਬੇਬਿਲਿਟੀ ਵੱਧ ਨਹੀਂ ਹੋ ਸਕਦੀ ਤੁਹਾਡੇ ਲੈਕਚਰ ਪਰ ਮੈਂ ਤਾਂ ਜਿੱਦਣ ਵੀ ਆਉਣਾ ਠੀਕ ਹੈ ਮੈਂ ਛੁੱਟੀ ਦਿਆਂ ਤਾਂ ਵੀ ਤੁਹਾਨੂੰ ਗਰੁੱਪ ਦੇ ਵਿੱਚ ਕਹਿ ਦਿੰਦਾ ਹੁੰਦਾ ਜੇ ਮੈਂ ਛੁੱਟੀ ਦਿਆਂ ਧਿਆਨ ਨਾਲ ਦੇਖ ਲਓ ਆਪਣੇ ਜ਼ਰੂਰੀ ਕੰਮ ਕਰ ਲਓ ਲੈ ਲਓ ਜਿਹੜੇ ਪੈਸੇ ਲੱਗੇ ਸੋ ਉਹ ਮੈਕਸੀਮਮ ਪ੍ਰੋਬੇਬਿਲਿਟੀ ਸ਼ੋਰ ਇਵੈਂਟ ਦੀ ਪ੍ਰੋਬੇਬਿਲਿਟੀ ਵੱਧ ਹੁੰਦੀ ਆ ਇੰਪੋਸੀਬਲ ਇਵੈਂਟ ਦੀ ਪ੍ਰੋਬੇਬਿਲਿਟੀ ਜ਼ੀਰੋ ਹੁੰਦੀ ਆ ਜੇ ਮੈਂ ਕਹਾਂ ਕਿ ਮੈਂ ਡਾਈ ਸਿੱਧੀ ਹੈ ਹੈੱਡ ਕਿੰਨੀ ਵਾਰ ਆਇਆ ਇਹ ਤੋਂ ਇੰਪੋਸੀਬਲ ਇਵੈਂਟ ਹੋ ਗਿਆ ਇਸ ਕੀ ਤੋਂ ਪ੍ਰੋਬੇਬਿਲਿਟੀ ਜ਼ੀਰੋ ਠੀਕ ਹੈ ਸੋ ਪ੍ਰੋਬੇਬਿਲਿਟੀ ਕੈਨ ਨਾਟ ਬੀ ਨੈਗੇਟਿਵ ਪ੍ਰੋਬੇਬਿਲਿਟੀ ਕੈਨ ਨਾਟ ਬੀ ਮੋਰ ਦੈਨ ਵਨ ਮੈਕਸੀਮਮ ਪ੍ਰੋਬੇਬਿਲਿਟੀ ਜਿਹੜੀ ਉਹ ਵਨ ਹੈ ਉਸ ਤੋਂ ਬਾਅਦ ਜੇ ਆਪਾਂ ਔਡ ਦੇ ਫੇਵਰ ਅਗੇਂਸਟ ਦੀ ਗੱਲ ਕਰੀਏ ਕਈ ਵਾਰ ਪ੍ਰੋਬੇਬਿਲਿਟੀ ਦੇ ਕੁਐਸਚਨ ਆਉਂਦੇ ਹੁੰਦੇ ਆ ਵੀ ਔਡ ਦੇ ਫੇਵਰ ਅਤੇ ਔਡ ਦੇ ਅਗੇਂਸਟ ਦੀ ਪ੍ਰੋਬੇਬਿਲਿਟੀ ਕਿੰਨੀ ਕਿੰਨੀ ਹੈ ਲਿਖਣ ਦਾ ਵੇ ਸਿੱਖ ਰਹੇ ਹਾਂ ਠੀਕ ਹੈ ਅੱਜ ਤਾਂ ਜਸਟ ਆਪਾਂ ਰੂਲਸ ਸਿੱਖ ਰਹੇ ਹਾਂ ਗੇਮ ਕਰਨ ਨੂੰ ਖੇਡਾਂਗੇ ਸੋ ਅੱਗੇ ਲਿਖਦੇ ਆਪਾਂ ਹਾਂ ਵਾਚਕ ਪ੍ਰੋਬੇਬਿਲਿਟੀ ਪਿੱਛੇ ਲਿਖਦੇ ਹਾਂ ਨਾ ਵਾਚਕ ਪ੍ਰੋਬੇਬਿਲਿਟੀ ਜਦੋਂ ਔਡਸ ਇਨ ਫੇਵਰ ਦੀ ਗੱਲ ਹੋ ਰਹੀ ਹੈ ਫੇਵਰ ਦੀ ਤਾਂ ਅੱਗੇ ਫੇਵਰ ਪ੍ਰੋਬੇਬਿਲਿਟੀ ਪਿੱਛੇ ਤਾਂ ਕੰਪਲੀਮੈਂਟਰੀ ਪ੍ਰੋਬੇਬਿਲਿਟੀ ਜਦੋਂ ਔਡ ਅਗੇਂਸਟ ਇਵੈਂਟ ਦੀ ਗੱਲ ਚੱਲਦੀ ਆ ਉਦੋਂ ਆਪਾਂ ਅੱਗੇ ਨਾ ਵਾਚਕ ਕੰਪਲੀਮੈਂਟਰੀ ਪ੍ਰੋਬੇਬਿਲਿਟੀ ਲਿਖਦੇ ਹਾਂ ਪਿੱਛੇ ਇਹ ਵੀ ਲਿਖਦੇ ਹਾਂ ਰੇਸ਼ੋ ਦੇ ਵਿੱਚ ਠੀਕ ਹੈ ਇਹਦੇ ਕੁਐਸਚਨ ਬਣਾਉਣਗੇ ਆਪਾਂ ਇਹਨਾਂ ਦੀ ਲੋੜ ਉਸ ਤੋਂ ਬਾਅਦ ਐਟਲੀਸਟ ਦੇ ਐਟਮੋਸਟ ਹੁੰਦਾ ਐਟਲੀਸਟ ਦਾ ਮਤਲਬ ਹੁੰਦਾ ਘੱਟ ਤੋਂ ਘੱਟ ਇੰਨਾ ਵੱਧ ਜਿੰਨਾ ਮਰਜ਼ੀ ਦੇ ਦਿਓ ਐਟਲੀਸਟ ਇੰਨਾ ਮਤਲਬ ਘੱਟ ਤੋਂ ਘੱਟ ਇੰਨਾ ਅਪ ਟੂ ਸੋਨ ਐਂਡ ਮਿੱਟੀ ਹੋਊਗਾ ਐਨ ਵੀ ਹੋਊਗਾ ਐਨ ਪਲੱਸ ਵਨ ਐਨ ਪਲੱਸ ਟੂ ਐਨ ਪਲੱਸ ਸੋਨ ਸਿਲੈਕਸ਼ਨ ਤੱਕ ਮੰਨ ਲਓ ਜੇ 15 ਚੀਜ਼ਾਂ ਲੈ ਗਈਆਂ ਮੈਂ ਤੁਹਾਨੂੰ ਕਹਿੰਦਾ ਜੀ ਮੈਨੂੰ ਘੱਟੋ ਘੱਟ 5 ਤਾਂ ਚਾਹੀਦੀ ਹੈ ਤਾਂ ਮੈਂ 5 ਤੋਂ ਲੈ ਕੇ 15 ਤੱਕ ਡਿਮਾਂਡ ਕਰ ਰਿਹਾ ਇੰਟਰੈਕਟ ਐਟਮੋਸਟ ਹੁੰਦਾ ਬਸ ਵੱਧ ਤੋਂ ਵੱਧ ਇੰਨਾ ਉੱਪਰਲੀ ਸੀਮਾ ਦੱਸਦੀ ਘੱਟ ਤੋਂ ਘੱਟ 0 ਨਹੀਂ ਹੋਊਗਾ 0-1-2 ਤੋਂ ਲੈ ਕੇ ਮੈਕਸੀਮਮ ਐਨ ਤੱਕ ਠੀਕ ਹੈ ਮਾਈਨਸ ਵੀ ਹੋ ਸਕਦਾ ਕਦੀ ਮਾਈਨਸ ਦਾ ਪ੍ਰੋਬੇਬਿਲਿਟੀ ਹੁੰਦੀ ਹੈ ਜੀ ਇੱਥੇ ਰਹਿ ਜਾਗਦੇ ਹਾਂ ਠੀਕ ਹੈ ਠੀਕ ਹੈ ਉਸ ਤੋਂ ਕੁਛ ਕੁਛ ਥਿਊਰੀ ਨੇ ਆਪਾਂ ਕੱਲ੍ਹ ਡਿਸਕਸ ਕਰਾਂਗੇ ਠੀਕ ਹੈ ਥਿਊਰੀ ਦਾ ਪੋਰਸ਼ਨ ਆਪਾਂ ਕੱਲ੍ਹ ਕਰਾਂਗੇ ਅੱਜ ਆਪਾਂ ਓਬਜੈਕਟਿਵ ਗੱਲਾਂ ਕਰਦੇ ਹਾਂ ਏ ਯੂਨੀਅਨ ਬੀ ਦੀ ਪ੍ਰੋਬੇਬਿਲਿਟੀ ਹੁੰਦੀ ਆ ਏ ਦੀ ਪ੍ਰੋਬੇਬਿਲਿਟੀ ਪਲੱਸ ਬੀ ਦੀ ਪ੍ਰੋਬੇਬਿਲਿਟੀ ਮਾਈਨਸ ਇੰਟਰਸੈਕਸ਼ਨ ਦੀ ਪ੍ਰੋਬੇਬਿਲਿਟੀ ਠੀਕ ਹੈ ਏ ਦੀ ਪ੍ਰੋਬੇਬਿਲਿਟੀ ਮੰਨ ਲਓ ਦੋ ਇਵੈਂਟ ਨੇ ਇੱਕ ਇਹ ਸੀਗਾ ਇੱਕ ਇਹ ਸੀਗਾ ਆ ਏ ਦੀ ਪ੍ਰੋਬੇਬਿਲਿਟੀ ਹੋ ਗਈ ਆ ਬੀ ਦੀ ਪ੍ਰੋਬੇਬਿਲਿਟੀ ਹੋ ਗਈ ਆ ਦੋਨਾਂ ਦੀ ਸਾਂਝੀ ਪ੍ਰੋਬੇਬਿਲਿਟੀ ਹੋ ਗਈ ਕੁਛ ਹਿੱਸਾ ਕੋਮਨ ਆ ਉਹ ਮਾਈਨਸ ਹੋਊਗਾ ਜਦੋਂ ਆਪਾਂ ਏ ਗਿਣਿਆ ਤਾਂ ਸਾਂਝਾ ਹਿੱਸਾ ਇੱਕ ਵਾਰੀ ਗਿਣਿਆ ਗਿਆ ਜਦੋਂ ਆਪਾਂ ਬੀ ਦੀ ਪ੍ਰੋਬੇਬਿਲਿਟੀ ਦੀ ਗੱਲ ਕਰਾਂ ਤਾਂ ਆਹ ਕੁਐਸਚਨ ਦੁਬਾਰਾ ਆ ਰਿਹਾ ਦੂਜੀ ਵਾਰ ਆ ਰਿਹਾ ਇਹਨੂੰ ਇੱਕ ਵਾਰ ਮਾਈਨਸ ਇਹ ਹੁੰਦੀਆਂ ਨੇ ਵੈਨ ਡਾਇਗ੍ਰਾਮਸ ਵੀ ਈ ਡਬਲ ਐਨ ਇਨਕਲੂਜਨ ਐਕਸਕਲੂਜਨ ਜਦੋਂ ਪਹਿਲੇ ਚੈਪਟਰ ਕਰਾਂਗੇ ਨੈਕਸਟ ਕਲਾਸ ਆਪਾਂ ਇਨਕਲੂਜਨ ਐਕਸਕਲੂਜਨ ਪ੍ਰਿੰਸੀਪਲ ਤੇ ਲਗਾਉਂਗੇ ਉੱਥੇ ਵੈਨ ਡਾਇਗ੍ਰਾਮ 'ਚ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਇਹ ਚੈਪਟਰ ਮੈਂ ਅਲੱਗ ਤੋਂ ਚੱਕ ਲਿਆ ਤੁਹਾਨੂੰ ਹਾਲਾਂਕਿ ਆਪਾਂ ਇਹ ਤੋਂ ਪਹਿਲਾਂ ਪਰਮੋਟੇਸ਼ਨ ਕੰਬੀਨੇਸ਼ਨ ਵਾਲਾ ਟੋਪਿਕ ਫਿਨਿਸ਼ ਕਰਕੇ ਹੁੰਦੇ ਆ ਮੰਨ ਲਓ ਕਿ ਤੁਸੀਂ ਕਰਕੇ ਹਟੇ ਹੋ ਕਰਿਆ ਹੋਵੇ ਤਾਂ ਹੈ ਨਹੀਂ ਤੁਸੀਂ ਪਤਾ ਮੈਨੂੰ ਠੀਕ ਹੈ ਪਰ ਆਪਾਂ ਜਿਹੜੇ ਆਉਂਦੇ
ਠੀਕ ਹੈ ਕਿਉਂਕਿ ਜੇ ਮੈਨੂੰ ਬਾਅਦ ਦੇ ਵਿੱਚ ਕਰਵਾਉਣਾ ਪੈਂਦਾ ਮੈਂ ਦੁਬਾਰਾ ਫਿਰ ਤੁਹਾਨੂੰ ਪਰਮਾਨੈਂਟ ਕੰਬੀਨੇਸ਼ਨ 'ਚ ਹਿਲਾ ਕੇ ਜੇ ਜਗਾਉਣਾ ਪੈਂਦਾ ਵੀ ਕੱਢੋ ਪਰਮਾਨੈਂਟ ਕੰਬੀਨੇਸ਼ਨ ਕਿੱਥੇ ਦਾ ਵਿੱਚ ਤੁਸੀਂ ਕੋਲ ਬੁਲਾ ਜਾਣਾ ਤੂੰ ਆਪਣੇ ਹੋਰ ਨਾਮੇ ਬਹੁਤ ਆਪਾਂ ਇਕੱਠੀ ਕਰਦੇ ਹੁੰਦੇ ਹਾਂ ਦੁਨੀਆ ਸਮਾਜ ਦਾ ਵੀ ਉਹ ਤਹਿ ਤਹਿ ਲੇਅਰਸ ਬਣ ਜਾਂਦੀਆਂ ਨੇ ਉਹ ਨੀਚੇ ਵਿਚਾਰ ਕੇ ਦੱਬ ਜਾਣਾ ਠੀਕ ਹੈ ਇਸ ਲਈ ਆਪਾਂ ਇਹਦੇ 'ਤੇ ਵਾਪਸ ਹੁੰਦੇ ਇੱਕ ਉਹਦੇ ਕੰਡੀਸ਼ਨਲ ਪ੍ਰੋਬੇਬਿਲਟੀ ਕੰਡੀਸ਼ਨਲ ਪ੍ਰੋਬੇਬਿਲਟੀ ਅਪਲਾਈ ਕਰਦਾ ਕਰਦੇ ਹਾਂ ਏ ਸਲੈਸ਼ ਡੀ ਕੰਡੀਸ਼ਨਲ ਪ੍ਰੋਬੇਬਿਲਟੀ ਠੀਕ ਹੈ ਪ੍ਰੋਬੇਬਿਲਟੀ ਆਫ ਏ ਇਫ ਆਲਰੇਡੀ ਬੀ ਹੈਪਨਸ ਮੰਨ ਲਓ ਬੈਗ ਦੇ ਵਿੱਚੋਂ ਤੁਸੀਂ ਬੁੱਕਸ ਕੱਢ ਰਹੇ ਹੋ ਹਾਲਾਂਕਿ ਤੁਹਾਡੇ ਕੋਲ ਤਾਂ ਮੈਂ ਤਾਂ ਬੁੱਕ ਹੈ ਹੀ ਨਹੀਂ ਮੰਨ ਲਓ ਕਿ ਬੈਗ ਦੇ ਵਿੱਚੋਂ ਬੁੱਕਸ ਕੱਢ ਲਈਆਂ ਪਹਿਲੇ ਬੁੱਕ ਕੱਢ ਕੇ ਬਾਹਰ ਰੱਖੀ ਜੀ ਆਹ ਇੰਗਲਿਸ਼ ਕੰਪਲਸਰੀ ਆ ਗਈ ਇਹ ਇਵੈਂਟ ਵਾਪਰ ਚੁੱਕਿਆ ਹੁਣ ਮੈਂ ਕਹਾਂਗਾ ਕਿ ਬਾਕੀ ਬਚਦੇ ਕਿਸਮ ਦੇ ਵਿੱਚੋਂ ਮੈਂ ਤਾਂ ਬੁੱਕ ਬਾਹਰ ਆਉਣ ਦੇ ਕਿੰਨੇ ਚਾਂਸ ਸ਼ੇਰੋ ਸ਼ਹਿਰੀ ਕੋਈ ਮੋਬਾਈਲ ਤਾਂ ਪਹਿਲਾਂ ਹੀ ਬਾਹਰ ਆ ਜਾਊਗਾ ਉਹ ਤਾਂ ਤੁਹਾਡਾ ਹੱਥ ਲੱਗ ਗਈ ਸਾਰ ਬਾਹਰ ਆ ਜਾਊ ਪਰ ਉਹ ਮੈਂ ਤਾਂ ਬੁੱਕ ਬਾਹਰ ਆਉਣ ਦੇ ਘੱਟ ਚਾਂਸ ਨੇਗੇ ਉਹ ਕੰਡੀਸ਼ਨ ਪ੍ਰੋਬੇਬਿਲਟੀ ਇੱਕ ਇਵੈਂਟ ਦੇ ਵਾਪਰਨ ਤੋਂ ਬਾਅਦ ਦੂਜੇ ਦੇ ਕਿੰਨੇ ਕੁ ਕੇਸ ਬਾਕੀ ਬਚਦੇ ਨੇ ਪ੍ਰੋਬੇਬਿਲਟੀ ਆਫ ਏ ਆਫਟਰ ਹੈਪਨਿੰਗ ਆਫ ਬੀ ਫਰੋਮ ਦ ਰਿਮੇਨਿੰਗ ਕੇਸਿਸ ਇਹ ਗੱਲ ਦਾ ਧਿਆਨ ਰੱਖੋ ਉਹ ਜਿਹੜੇ ਇਵੈਂਟ ਵਾਪਰ ਜਾਊਗਾ ਉਹ ਸਾਈਡ 'ਤੇ ਰੱਖਣਾ ਉਹਨੂੰ ਟੋਟਲ ਆਪਸ਼ਨ ਤੋਂ ਘੱਟ ਗਈਆਂ ਫਾਰਮੂਲਾ ਕੀ ਹੈ ਨਾ ਕੰਡੀਸ਼ਨ ਪ੍ਰੋਬੇਬਿਲਟੀ ਪਤਾ ਕਰਨਾ ਸੁਪਰ ਦੋਨਾਂ ਦੀ ਕਾਮਨ ਪ੍ਰੋਬੇਬਿਲਟੀ ਨੀਚੇ ਉਹ ਇਵੈਂਟ ਜਿਹੜਾ ਹੈਪਨ ਹੋ ਚੁੱਕੇ ਉਸ ਤੋਂ ਬਾਅਦ ਨੈਕਸਟ ਆਪਾਂ ਗੱਲਬਾਤ ਕਰੀਏ ਹਾਂ ਜੇ ਇਵੈਂਟ ਨੇ ਜਿਹੜੇ ਡਿਸਟਿੰਕਟ ਹੋਣ ਮੰਨ ਲਓ ਆਹ ਏ ਇਵੈਂਟ ਹੈ ਆਹ ਬੀ ਇਵੈਂਟ ਹੈ ਕਾਮਨ ਏਰੀਆ ਪਤਾ ਹੀ ਤਾਂ ਇਹਨਾਂ ਦੇ ਯੂਨੀਅਨ ਦੀ ਪ੍ਰੋਬੇਬਿਲਟੀ ਕਿੰਨੀ ਹੋਊਗੀ ਏ ਯੂਨੀਅਨ ਬੀ ਦੀ ਪ੍ਰੋਬੇਬਿਲਟੀ ਆਫ ਏ ਪਲੱਸ ਪ੍ਰੋਬੇਬਿਲਟੀ ਆਫ ਬੀ ਕਿਉਂਕਿ ਬਿਕੋਜ਼ ਕਾਮਨ ਏਰੀਆ ਹੈ ਇੱਕ ਮਾਈਨਸ ਹੋਣੀ ਜੇ ਕਾਮਨ ਹੋਵੇ ਤਾਂ ਇੱਕ ਵਾਰ ਮਾਈਨਸ ਹੋਣਾ ਜਿਹੜੇ ਇਹ ਇੰਡੀਪੈਂਡੈਂਟ ਇਵੈਂਟ ਹੁੰਦੇ ਨੇ ਇੱਕ ਹੁੰਦੇ ਨੇ ਇੰਡੀਪੈਂਡੈਂਟ ਇਵੈਂਟਸ ਇੰਡੀਪੈਂਡੈਂਟ ਇਵੈਂਟ ਦਾ ਮਤਲਬ ਇੱਕ ਇਵੈਂਟ ਦੇ ਵਾਪਰਨ ਨਾਲ ਦੂਜੇ ਦੇ ਰਿਮੇਨਿੰਗ ਕੇਸ ਨੂੰ ਫਰਕ ਹੀ ਨਹੀਂ ਪੈਂਦਾ ਸਿੱਕਾ ਉਛਾੜਿਆ ਹੈੱਡ ਵੀ ਇੰਡੀਪੈਂਡੈਂਟ ਆ ਟੇਲ ਵੀ ਇੰਡੀਪੈਂਡੈਂਟ ਹੈ ਠੀਕ ਹੈ ਮੈਂ ਸਿੱਕਾ ਉਛਾੜਿਆ ਹੈੱਡ ਆ ਗਿਆ ਹੈੱਡ 'ਤੇ ਮੈਂ ਕ੍ਰੋਸ ਲਗਾਤਾ ਮਾਰਕਰ ਨਾਲ ਜਾਂ ਕਿਸੇ ਚੀਜ਼ ਨਾਲ ਫਲੂਇਡ ਲਗਾਤਾ ਹੁਣ ਹੈੱਡ ਲੁਕੋਤਾ ਆਪਾਂ ਨੇ ਟੇਲ 'ਤੇ ਤਾਂ ਕੋਈ ਫਰਕ ਹੀ ਨਹੀਂ ਪਿਆ ਨਾ ਟੇਲ 'ਤੇ ਤਾਂ ਉਨੇ ਹੀ ਕੇਸ ਨੇ ਜਿਹਨੂੰ ਟੇਲ 'ਤੇ ਤਾਂ ਉਨੇ ਹੀ ਚਾਂਸਸ ਨੇ ਜਿੰਨੇ ਹੈਗੇ ਤਾਂ ਇੰਡੀਪੈਂਡੈਂਟ ਇਵੈਂਟਸ ਦੇ ਵਿੱਚ ਇੰਟਰਸੈਕਸ਼ਨ ਦੀ ਪ੍ਰੋਬੇਬਿਲਟੀ ਆ ਜਿਹੜੀ ਉਹ ਇਕੱਲੇ ਇਕੱਲੇ ਦੀ ਇੰਡੀਵਿਜੁਅਲ ਪ੍ਰੋਬੇਬਿਲਟੀ ਦਾ ਪ੍ਰੋਡਕਟ ਸਮਝ ਲੱਗ ਰਿਹਾ ਕਿਤੇ ਬਰਦਾਸ਼ਤ ਤੋਂ ਬਾਹਰ ਹੁੰਦਾ ਪਿਆ ਬਦਹਾਜ਼ੀ ਹੁੰਦੀ ਬਹੁਤ ਇਕੱਠਾ ਹੋ ਗਿਆ ਮੈਂ ਤਾਂ ਦੱਸ ਦਿਓ ਠੀਕ ਹੈ ਪਾਣੀ ਪੂਣੀ ਪੀ ਆ ਬਾਹਰ ਇੰਡੀਪੈਂਡੈਂਟ ਇਵੈਂਟ ਦੇ ਵਿੱਚ ਏ ਇੰਟਰਸੈਕਸ਼ਨ ਬੀ ਇੱਥੇ ਨੂੰ ਗੱਲ ਕਰਾਂਗੇ ਏ ਇੰਟਰਸੈਕਸ਼ਨ ਬੀ ਕੰਪਲੀਮੈਂਟ ਦੀ ਪ੍ਰੋਬੇਬਿਲਟੀ ਕਿ ਏ ਦੀ ਪ੍ਰੋਬੇਬਿਲਟੀ ਇਨਟੂ ਬੀ ਦੇ ਕੰਪਲੀਮੈਂਟ ਦੀ ਪ੍ਰੋਬੇਬਿਲਟੀ ਜੇ ਏ ਕੰਪਲੀਮੈਂਟ ਇੰਟਰਸੈਕਸ਼ਨ ਬੀ ਬੀ ਦੀ ਪ੍ਰੋਬੇਬਿਲਟੀ ਪਤਾ ਕਰਾਂਗੇ ਤਾਂ ਏ ਕੰਪਲੀਮੈਂਟ ਦੀ ਪ੍ਰੋਬੇਬਿਲਟੀ ਇਨਟੂ ਬੀ ਦੀ ਪ੍ਰੋਬੇਬਿਲਟੀ ਜੇ ਦੋਨਾਂ ਦੇ ਕੰਪਲੀਮੈਂਟਸ ਦੇ ਇੰਟਰਸੈਕਸ਼ਨ ਦੀ ਪ੍ਰੋਬੇਬਿਲਟੀ ਪਤਾ ਕਰਾਂਗੇ ਪਹਿਲੇ ਦੀ ਕੰਪਲੀਮੈਂਟ ਦੀ ਪ੍ਰੋਬੇਬਿਲਟੀ ਇਨਟੂ ਦੂਜੇ ਦੀ ਕੰਪਲੀਮੈਂਟ ਦੀ ਹਾਂਜੀ ਆ ਥਿਊਰੀ ਜੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਧਿਆਨ ਦਿਓ ਸਕਰੀਨ 'ਤੇ ਕਿ ਡਾਈਸ ਕਿੰਨੇ ਆ ਕਿੰਨੇ ਡੋਟ ਨੇਗੇ ਕਲੱਬ ਸਪੀਡ ਡਾਇਮੰਡ ਰੈਂਡਮ ਐਕਸਪੈਰੀਮੈਂਟ ਰੈਂਡਮ ਐਕਸਪੈਰੀਮੈਂਟ ਦਾ ਮਤਲਬ ਮੈਂ ਕਲਾਸ ਦੇ ਵਿੱਚ ਬੱਚੇ ਬੈਠੇ ਨੇ ਰੈਂਡਮਲੀ ਕਹਿੰਦਾ ਵੀ ਹਾਂ ਵੀ ਜਗਜੀਤ ਜਗਪਾਲ ਆ ਕੰਮ ਕਰਕੇ ਦਿੱਤਾ ਰੈਂਡਮ ਇਵੈਂਟ ਹੋ ਗਿਆ ਮੈਂ ਕੋਈ ਪ੍ਰੈਫਰੈਂਸ ਨਹੀਂ ਦੇ ਰਿਹਾ ਕਿਸੇ ਸਭ ਦੇ ਆਉਣ ਦੇ ਬਰਾਬਰ ਚਾਂਸ ਨੇਗੇ ਐਨੀ ਕੁਸ਼ਚਨ ਪੁੱਛਣ ਦੇ ਕੋਲ ਨਹੀਂ ਗਏ ਇਸ ਲਈ ਤਾਂ ਤਾਹਿਰਾਂ ਨੂੰ ਪੁੱਛਣ ਦੇ ਕੋਲ ਨਹੀਂ ਗਏ ਸੀਗੇ ਠੀਕ ਹੈ ਰੈਂਡਮ ਐਕਸਪੈਰੀਮੈਂਟ ਆ ਕਿਸੇ ਨਾਲ ਵੀ ਆਪਾਂ ਚੂਜ਼ ਕਰ ਸਕਦੇ ਟ੍ਰਾਇਲ ਕਹਿ ਸਕਦੇ ਹਾਂ ਇਸ ਚੀਜ਼ ਨੂੰ ਬਾਕੀ ਸੈਂਪਲ ਸਪੇਸ ਕਲੈਕਸ਼ਨ ਆਫ ਆਲ ਪੋਸਿਬਲ ਆਊਟਕਮ ਦੇ ਤੁਹਾਨੂੰ ਦੱਸਤਾ ਅਲਜਬਰਾ ਆਫ ਇਵੈਂਟਸ ਦੇ ਕੁਛ ਕੁਸ਼ਚਨ ਹੋਣਗੇ ਐਗਜ਼ੌਸਟਿਵ ਇਵੈਂਟਸ ਐਗਜ਼ੌਸਟਿਵ ਇਵੈਂਟਸ ਦੇਖੋ ਕੀ ਆ ਟੋਟਲ ਨੰਬਰ ਆਫ ਪੋਸਿਬਲ ਆਊਟਕਮਸ ਇਨ ਐਨੀ ਟ੍ਰਾਇਲ ਇਜ਼ ਨੋਨ ਐਜ਼ ਐਗਜ਼ੌਸਟਿਵ ਇਵੈਂਟਸ ਜੇ ਕੁਆਇਨ ਉਛਾੜਿਆ ਤਾਂ ਉਹਦੇ ਦੋ ਤਰ੍ਹਾਂ ਦੇ ਇਵੈਂਟਸ ਆ ਸਕਦੇ ਆ ਦੋ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਤਾਂ ਇੱਕ ਐਗਜ਼ੌਸਟਿਵ ਇਵੈਂਟਸ ਨੇ ਟੋਟਲ ਕੁੱਲ ਕਿੰਨੇ ਕੇਸ ਨੇਗੇ ਕੁੱਲ ਦੀ ਗੱਲ ਹੋ ਰਹੀ ਹੈ ਐਗਜ਼ੌਸਟਿਵ ਉਸ ਤੋਂ ਬਾਅਦ ਮਿਊਚੁਅਲੀ ਐਕਸਕਲੂਸਿਵ ਇਵੈਂਟਸ ਤੁਸੀਂ ਕਿਤੇ ਟੀਵੀ ਟੂਵੀ ਦੇਖਿਆ ਗਾਣੇ ਚੱਲਦੇ ਹੋਣਗੇ ਬਹੁਤ ਵਾਰ ਨੋਰਮਲੀ ਚੱਲ ਰਹੇ ਹੁੰਦਾ MH1 ਵਗੈਰਾ ਦੇਖੋ ਕੋਈ ਹੋਰ ਚੈਨਲ ਦੇਖੋ ਉਹਦੇ 'ਤੇ ਲਿਖਿਆ ਹੁੰਦਾ ਐਕਸਕਲੂਸਿਵ ਸੌਂਗਸ ਲਿਖਿਆ ਹੁੰਦਾ ਪੜ੍ਹਿਆ ਕਿਤੇ ਕੋਈ ਗਾਣੇ ਕਿੰਨੇ ਧਿਆਨ ਹੁੰਦਾ ਲਿਖਿਆ ਹੁੰਦਾ ਐਕਸਕਲੂਸਿਵ ਸੌਂਗ ਲਿਖਿਆ ਹੁੰਦਾ ਹੁਣੀ ਹੁਣੀ ਜਿਹੜੇ ਲੇਟੈਸਟ ਫਰੈਸ਼ ਰਿਲੀਜ਼ ਹੋਏ ਨੇ ਉਹ ਚੱਲ ਰਹੇ ਜੀ ਦੇਖੋ ਐਕਸਕਲੂਸਿਵ ਇਵੈਂਟਸ ਉਸ ਚੀਜ਼ ਦੀ ਮੈਨੂੰ ਨੌਲੇਜ ਦੀ ਲੋੜ ਆ ਮੈਂ ਮਿਊਚੁਅਲੀ ਐਕਸਕਲੂਸਿਵ ਦੀ ਗੱਲ ਕਰਦਾ ਇਵੈਂਟਸ ਆਰ ਸੈਟ ਟੂ ਬੀ ਮਿਊਚੁਅਲੀ ਐਕਸਕਲੂਸਿਵ ਔਰ ਇਨਕੰਪੈਟੀਬਲ ਇਵੈਂਟਸ ਇਫ ਹੈਪਨਿੰਗ ਆਫ ਐਨੀ ਵਨ
ਡਸ ਨਾਟ ਅਫੈਕਟ ਹੈਪਨਿੰਗ ਆਫ ਅਦਰਸ ਕਿਸੇ ਇੱਕ ਦੇ ਵਾਪਰਨ ਨਾਲ ਦੂਜੇ ਦੇ ਕਿਸੇ ਦੇ ਵਾਪਰਨ 'ਤੇ ਕੋਈ ਫਰਕ ਨਹੀਂ ਪੈ ਰਿਹਾ ਠੀਕ ਹੈ ਧਿਆਨ ਨਾਲ ਦੇਖੋ ਉਸ ਤੋਂ ਬਾਅਦ ਮਿਊਚੁਅਲੀ ਐਕਸਕਲੂਸਿਵ ਐਂਡ ਐਗਜ਼ੌਸਟਿਵ ਇਵੈਂਟਸ ਜੇ ਸਾਰੇ ਦੇ ਸਾਰੇ ਕੇਸ ਇਹੋ ਜਿਹੇ ਨੇ ਟੋਟਲ ਜਿੰਨੇ ਵੀ ਸੈਂਪਲ ਸਪੇਸ ਦੇ ਵਿੱਚ ਐਲੀਮੈਂਟਸ ਨੇ ਸਾਰੇ ਦੇ ਸਾਰੇ ਇੱਦਾਂ ਦੇ ਨੇ ਕਿ ਕਿਸੇ ਇੱਕ ਦੇ ਵਾਪਰਨ ਨਾਲ ਦੂਜੇ ਦੇ ਕੋਈ ਇਫੈਕਟ ਨਹੀਂ ਪੈ ਰਿਹਾ ਤਾਂ ਇਹ ਟੋਟਲ ਜਿੰਨੇ ਵੀ ਨੇਗੇ ਸਾਰਿਆਂ ਨੂੰ ਮਿਊਚੁਅਲੀ ਐਕਸਕਲੂਸਿਵ ਐਂਡ ਐਗਜ਼ੌਸਟਿਵ ਇਵੈਂਟਸ ਕਹਿੰਦੇ ਨੇ ਫੇਵਰੇਬਲ ਕੇਸਿਸ ਜਾਂ ਫੇਵਰੇਬਲ ਇਵੈਂਟਸ ਆਪਾਂ ਪਹਿਲਾਂ ਦੱਸ ਚੁੱਕੇ ਫੇਵਰੇਬਲ ਦਾ ਮਤਲਬ ਕਿਸੇ ਕੰਮ ਦੇ ਜਿਹੜੇ ਆਪਾਂ ਇੱਛੁਕ ਆ ਚਾਹੁੰਦੇ ਹਾਂ ਵੀ ਆਪਾਂ ਈਵਨ ਨੰਬਰ ਹੀ ਸਿਲੈਕਟ ਕਰੀਏ ਡਾਈਸ 'ਚੋਂ ਤਾਂ ਜਿੰਨੇ ਫੇਵਰੇਬਲ 2, 4, 6 ਆਪਾਂ ਲੱਗ ਕੱਢ ਲਏ ਉਹ ਕੀ ਹੋ ਗਏ ਫੇਵਰੇਬਲ ਇਵੈਂਟ ਇਕੁਅਲੀ ਲਾਈਕਲੀ ਇਵੈਂਟਸ ਆਰ ਸੈਟ ਟੂ ਬੀ ਇਕੁਅਲੀ ਲਾਈਕਲੀ ਇਫ ਦੇਅਰ ਇਜ਼ ਨੋ ਰੀਜ਼ਨ ਟੂ ਐਕਸਪੈਕਟ ਐਨੀ ਵਨ ਇਨ ਦਾ ਪ੍ਰੈਫਰੈਂਸ ਆਫ ਅਦਰ ਇਕੁਅਲੀ ਲਾਈਕਲੀ ਮਤਲਬ ਸਾਰੇ ਹੀ ਇੱਕ ਪ੍ਰਕਾਰ ਦੇ ਨੇ ਆਪਣੇ ਕੋਲ ਕੋਈ ਇੱਛਾ ਨਹੀਂ ਡਿਜ਼ਾਇਰ ਨਹੀਂ ਹੈਗੀ ਵੀ ਆਪਾਂ ਕਿਹਨੂੰ ਸਿਲੈਕਟ ਕਰ ਲਈਏ ਸਾਰੇ ਇੱਕੋ ਤਰ੍ਹਾਂ ਦੇ ਨੇ ਠੀਕ ਹੈ ਜਿਵੇਂ ਮੈਂ ਕਿਹਾ ਵੀ ਈਵਨ ਨੰਬਰ ਦੱਸੋ ਡਾਈ ਸ਼ੋ ਫਿਰ ਤਾਂ ਫੇਵਰੇਬਲ ਹੋ ਗਿਆ ਉਹ ਫਿਰ ਉਹ ਇਕੁਅਲੀ ਲਾਈਕਲੀ ਨਹੀਂ ਮੈਂ ਤਾਂ 2, 4, 6 ਨੂੰ ਦੇਖ ਰਿਹਾ ਮੈਂ ਤਾਂ 1, 3, 5 ਨੂੰ ਦੇਖ ਨਹੀਂ ਰਿਹਾ ਜੇ ਮੈਂ ਤੁਹਾਨੂੰ ਕਹਾਂ ਵੀ ਲੈ ਵੀ ਜਗਜੀਤ ਤੂੰ ਡਾਈਸ ਦੇ ਵਿੱਚੋਂ ਕੋਈ ਇੱਕ ਨੰਬਰ ਸਿਲੈਕਟ ਕਰ ਫਿਰ ਇਹਦੇ ਲਈ ਸਾਰੇ ਇਕੁਅਲੀ ਲਾਈਕਲੀ ਇਹਦੇ ਮਨ 'ਚ ਕੋਈ ਇੱਛਾ ਨਹੀਂ ਵੀ ਮੈਂ ਈਵਨ ਸਿਲੈਕਟ ਕਰਾਂ ਜਾਂ ਔਡ ਸਿਲੈਕਟ ਕਰਾਂ ਕੰਪਲੀਮੈਂਟਰੀ ਇਵੈਂਟ ਔਰ ਨੈਗੇਸ਼ਨ ਇਹ ਪਹਿਲਾਂ ਆਪਾਂ ਗੱਲ ਕਰੀ ਕਿਉਂਕਿ ਕਿਸੇ ਕੰਮ ਦੇ ਫੇਵਰੇਬਲ ਹੋਣ ਦੇ ਜਿੰਨੇ ਕੇਸ ਨੇ ਉਹਦੀ ਪ੍ਰੋਬੈਬਿਲਟੀ ਪਤਾ ਕਰ ਲਓ ਜੇ ਉਹਦੇ ਕੰਪਲੀਮੈਂਟ ਦੀ ਪਤਾ ਕਰਨੀ ਆ 1 ਮਾਈਨਸ ਕਰ ਦਿਓ ਮੈਕਸੀਮਮ ਪ੍ਰੋਬੈਬਿਲਟੀ ਮਾਈਨਸ ਕਰ ਇਹਨੂੰ ਈ ਦੇ ਉੱਪਰ ਬਾਤ ਪਾ ਕੇ ਜਾਂ ਈ ਉੱਪਰ ਸੀ ਪਾ ਕੇ ਡਿਨੋਟ ਕਰਦੇ ਹਾਂ ਜਾਂ ਨੋਟ ਈ ਬੋਲਦੇ ਹਾਂ ਬਟ ਮੈਂ ਜਿੱਥੇ ਵੀ ਜ਼ਿਆਦਾ ਦੇਖਦਾ ਮੈਂ ਉੱਪਰ ਬਾਤ ਕਰਦਾ ਸਿੰਪਲ ਇਵੈਂਟ ਅਤੇ ਕੰਪਾਊਂਡ ਇਵੈਂਟ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਆਲਰੇਡੀ ਸਿੰਪਲ ਇਵੈਂਟ ਦੇ ਵਿੱਚ ਜਦੋਂ ਇੱਕੋ ਤਰ੍ਹਾਂ ਦਾ ਸਿਮਿਲਰ ਓਬਜੈਕਟਸ ਹੈ ਕੰਪਾਊਂਡ ਦੇ ਵਿੱਚ ਮਿਕਸ ਹੋ ਗਿਆ ਕੋਇਨ ਦੇ ਨਾਲ ਡਾਈਸ ਆ ਗਏ ਜਾਂ ਕੁਛ ਹੋ ਗਿਆ ਪ੍ਰੋਬੈਬਿਲਟੀ ਪਤਾ ਕਰਨਾ ਮੈਥਮੈਟੀਕਲ ਫਾਰਮੂਲਾ ਕੀ ਹੋ ਗਿਆ ਉੱਪਰ ਫੇਵਰੇਬਲ ਕੇਸ ਨੀਚੇ ਟੋਟਲ ਕੇਸ ਉਸ ਤੋਂ ਬਾਅਦ ਨੋਟ ਦੀ ਪ੍ਰੋਬੈਬਿਲਟੀ ਦੀ ਗੱਲ ਕਰ ਚੁੱਕੇ ਆਪਾਂ ਪਹਿਲਾਂ ਪਰਮੋਟੇਸ਼ਨ ਕੰਬੀਨੇਸ਼ਨ ਦਾ ਥੋੜ੍ਹਾ ਬਹੁਤ ਰਿਵਿਊ ਦਿੱਤਾ ਹੈ ਉਹ ਤੁਹਾਨੂੰ ਮੈਂ ਮੰਨ ਕੇ ਚੱਲਦਾ ਇੱਕ ਵਧੀਆ ਔਥਰ ਇਹ ਮੰਨ ਕੇ ਚੱਲਦਾ ਇੱਕ ਵਧੀਆ ਡਰਾਮਾ ਕਰਨ ਵਾਲਾ ਲੈਕਚਰ ਦੇਣ ਵਾਲਾ ਇਹ ਮੰਨ ਕੇ ਚੱਲਦਾ ਵੀ ਮੇਰੇ ਜਿਹੜੇ ਫੋਲੋਅਰਸ ਨੇ ਜਿਹੜੇ ਮੈਨੂੰ ਵਾਚ ਕਰ ਰਹੇ ਨੇ ਸੁਣ ਰਹੇ ਨੇ ਉਹ ਮੇਰੀ ਪ੍ਰੀਵੀਅਸ ਨੌਲੇਜ 'ਤੇ ਆਏ ਹੋਏ ਨੇ ਘਰੋਂ ਪੜ੍ਹ ਕੇ ਆਏ ਨੇ ਵੀ ਕੱਲ੍ਹ ਸਾਨੂੰ ਕੀ ਪੜ੍ਹਾਇਆ ਗਿਆ ਸੀ ਅਸੀਂ ਪੂਰਾ ਪਰਫੈਕਟ ਕਰ ਲਈਏ ਸਾਨੂੰ ਛੁੱਟੀ ਸੀਗਾ ਚੱਲੋ ਮੋੜ 'ਤੇ ਨਹੀਂ ਫਿਰਨਾ ਪੜ੍ਹਨਾ ਸਾਰਾ ਉਸ ਤੋਂ ਬਾਅਦ ਨੈਕਸਟ ਡੇ ਕੀ ਪੜ੍ਹਾਉਣਾ ਅਸੀਂ ਉਹਦੀ ਥੋੜ੍ਹੀ ਬਹੁਤੀ ਰਿਵੀਜ਼ਨ ਲੈ ਕੇ ਜਾਈਏ ਇਹ ਨਹੀਂ ਹੈਗਾ ਕਿ ਕਦੇ ਕਾਪੀ ਹੋਰ ਵੀ ਦੇਖ ਲਈ ਕਦੇ ਟਾਈਮ ਦੇਖ ਲਿਆ ਕਦੇ ਨੋਟੀਫਿਕੇਸ਼ਨ ਦੇਖ ਲਈ ਠੀਕ ਹੈ ਤੁਹਾਡੇ ਕੋਲ ਬਿਜ਼ਨਸ ਬਿਜ਼ਨਸ ਨੇ ਤੁਹਾਡੇ ਕੁਛ ਆਉਂਦੀਆਂ ਨਹੀਂ ਆਉਂਦੀਆਂ ਕਿਸੇ ਟ੍ਰਾਂਜੈਕਸ਼ਨ ਉਸ ਤੋਂ ਬਾਅਦ ਫੈਕਟੋਰੀਅਲ ਵਗੈਰਾ ਹੋ ਚੁੱਕਿਆ ਸਾਰਾ ਡਿਸਕਸ ਹੋ ਚੁੱਕਿਆ ਜਿਵੇਂ ਮੈਂ ਉਹ ਇੱਕ ਪੁਆਇੰਟ ਕ੍ਰੋਸ ਕੀਤਾ ਕਿ ਪੋਸੀਬਲ ਆਊਟਕਮ ਕਿੰਨੇ ਨੇ ਹੈਡ ਦੇ ਡੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਕਹਿ ਰਿਹਾ ਕਿ ਹੈਡ ਆਊਟ ਦੇ ਚਾਂਸਿਸ ਕਿੰਨੇ ਨੇ ਹੈਡ ਇੱਕੋ ਹੀ ਆਪਾਂ ਸਵਾਲ ਬੈਠੇ ਜੇ 2 ਪੁਆਇੰਟ ਹੁੰਦੇ ਤਾਂ ਉੱਥੇ 2 ਹੈਡ ਹੋਣੇ ਸੀਗੇ ਇਹਦੇ ਵਿੱਚ ਦੋਨੋਂ ਹੈਡ ਇਕੱਠੇ ਆਉਣ ਦੇ ਕੀ ਪ੍ਰੋਬਲਮ ਆ 2 ਪੁਆਇੰਟ ਚੋਂ ਇੱਕੋ ਵਾਰ ਦੋਨੇ ਆਉਣਗੇ ਤਾਂ ਉੱਪਰ ਵੱਲ ਨੀਚੇ ਹੋ ਲਓ ਕੇਸ ਸੋ ਇਹ ਬਹੁਤ ਈਜ਼ੀ ਜੀ ਐਕਸਰਸਾਈਜ਼ ਆ ਪਹਿਲੀ ਤੁਸੀਂ ਆਪਣੇ ਆਪ ਟਰਾਈ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਮੈਂ ਗੱਲ ਕਰਾਂ ਹਾਂ ਆਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਕਈ ਵਾਰ ਪੇਪਰ ਜਾ ਰਿਹਾ ਸ਼ਾਰਟ ਆਂਸਰ ਦੇ ਵਿੱਚ ਕਿ ਜੀ ਕਿਸੇ ਲੀਵੀਅਰ ਦੇ ਵਿੱਚ ਲੀਵੀਅਰ ਦੇ ਵਿੱਚ ਉਹਨਾਂ ਨੇ ਟੋਟਲ 33,666 ਡੇਜ਼ ਜੇ ਸਧਾਰਨ ਸਾਲ ਕਹਿੰਦੇ ਤਾਂ 300 ਕਹਿੰਦੇ ਠੀਕ ਹੈ ਉਹਦੇ ਵਿੱਚ ਸੰਡੇ ਕਿੰਨੀ ਵਾਰ ਆ ਸਕਦਾ 53 ਸੰਡੇ ਆਉਣ ਦੀ ਪ੍ਰੋਬੈਬਿਲਟੀ ਕੀ ਹੈ ਪਹਿਲੀ ਗੱਲ ਤਾਂ ਹਰੇਕ ਲੀਵ ਹਰੇਕ ਸਾਲ ਦੇ ਵਿੱਚ 52 ਵੀਕਸ ਹੁੰਦੇ ਆ ਇੱਕ ਵੀਕ ਦੇ ਵਿੱਚ 7 ਡੇ ਹੁੰਦੇ ਆ 7 ਦਾ 14 7 5 ਦਾ 35 ਸੋ 364 ਡੇਜ਼ ਨੇ 52 ਕੰਪਲੀਟ ਵੀਕਸ ਦੇ ਤੇ ਹੁਣ 52 ਵੀਕ ਦੇ ਵਿੱਚ 52 ਵਾਰ ਦਾ ਸੰਡੇ ਆਉਣਾ ਹੀ ਹੋਊ ਸੋ 52 ਸੰਡੇ ਤਾਂ ਆਉਣਗੇ ਆਉਣਗੇ 53 ਨੰਬਰ ਦੀ ਪ੍ਰੋਬੈਬਿਲਟੀ ਕੀ ਹੈ ਟੋਟਲ ਦਿਨ ਕਿੰਨੇ 366 364 ਡੇਜ਼ 364 ਵੀ ਹੈ ਕਵਰਡ ਸੋ ਵੀ ਹੈਵ ਲੈਫਟ 2 ਡੇਜ਼ ਵਿਚ ਟਾਈਮ ਰਿਮੇਨਿੰਗ 2 ਡੇਜ਼ ਦੀ ਪੋਸੀਬਿਲਿਟੀਜ਼ ਕਿਆ ਹੈ ਕਿਸ ਕਿਸ ਤਰ੍ਹਾਂ ਕਿਆ ਸਕਦੇ ਹਾਂ ਬੁੱਧਵਾਰ ਕੇ ਸਾਥ ਸ਼ਨੀਵਾਰ ਆ ਸਕਦਾ ਹੈ ਹਾਂ ਬੁੱਧਵਾਰ ਕੇ ਸਾਥ ਸ਼ਨੀਵਾਰ ਆ ਸਕਦਾ ਹੈ ਨਹੀਂ ਬਾਅਦ ਵਿੱਚ ਨਹੀਂ ਕੰਜੈਕਟਿਵ ਡੇਜ਼ ਹੁੰਦੇ ਨਾ ਹੁਣ ਬਾਕੀ ਜਿਹੜੇ 2 ਦਿਨ ਬਚ ਗਏ ਥੋੜ੍ਹੀ ਹੋ ਗਿਆ ਵੀ ਅੱਜ ਬੁੱਧਵਾਰ ਹੈ ਜੀ ਕੱਲ੍ਹ ਨੂੰ ਸ਼ਨੀਵਾਰ ਹੋ ਨਹੀਂ ਸਕਦਾ ਸੋ ਮੰਨ ਲਓ ਆਪਾਂ ਇੱਦਾਂ ਦੀ ਪੋਸੀਬਿਲਿਟੀ ਬਣਾ ਲੈਂਦੇ ਵੀ ਜਿਹੜੇ 2 ਦਿਨ ਰਿਮੇਨਿੰਗ ਦਿਨ ਬਚਦੇ ਨੇ ਉਹ ਇਸ ਤਰ੍ਹਾਂ ਦੇ ਨੇਗੇ ਜਾਂ ਤਾਂ ਸੰਡੇ ਨਾਲ ਮੰਡੇ ਆ ਸਕਦਾ ਜਾਂ ਮੰਡੇ ਨਾਲ ਟਿਊਜ਼ਡੇ ਆ ਸਕਦਾ ਜਾਂ ਟਿਊਜ਼ਡੇ ਨਾਲ ਵੈਡਨਸਡੇ ਆ ਸਕਦਾ ਜਾਂ ਵੈਡਨਸਡੇ ਨਾਲ ਥਰਸਡੇ ਆ ਸਕਦਾ ਜਾਂ ਥਰਸਡੇ ਨਾਲ ਫਰਾਈਡੇ ਆ ਸਕਦਾ ਜਾਂ ਫਰਾਈਡੇ ਨਾਲ ਸੈਟਰਡੇ ਆ ਸਕਦਾ ਜਾਂ ਸੈਟਰਡੇ ਨਾਲ ਸੰਡੇ ਆ ਸਕਦਾ 7 ਤਰ੍ਹਾਂ ਦੀਆਂ ਸੰਭਾਵਨਾਵਾਂ ਸਾਰੀਆਂ ਗਿਆ ਇਹਨਾਂ ਦੇ ਵਿੱਚ ਸੰਡੇ ਕਿੱਥੇ ਕਿੱਥੇ ਪਿਆ ਜਾਂਦਾ ਪਹਿਲੀ ਆਪਸ਼ਨ ਜਾਂ ਇੱਥੇ ਜਾਂ ਇੱਥੇ ਆ
ਨੰਬਰ ਆ 53 ਹੈ ਸੰਡੇ ਦੀ ਪੋਸਿਬਿਲਿਟੀ ਕੀ ਹੋਊਗੀ ਟੂ ਆਪਸ਼ਨ ਮੇਰੇ ਫੇਵਰੇਬਲ ਟੋਟਲ 7 ਹੈ ਜੋ 2/7 ਜੇ ਸਧਾਰਨ ਸਾਹਿਬ ਹੁੰਦਾ ਤਾਂ ਇੱਕ ਦਿਨ ਬਚਦਾ ਪਿੱਛੇ ਉਹਦੀਆਂ ਸੰਭਾਵਨਾਵਾਂ ਕਿਵੇਂ ਹੁੰਦੇ ਜਾਂ ਸੰਡੇ ਆ ਜਾਂ ਮੰਡੇ ਆ ਜਾਂ ਟਿਊਜ਼ਡੇ ਆ ਜਾਂ ਵੈਡਨਸਡੇ ਆ ਜਾਂ ਥਰਸਡੇ ਆ ਜਾਂ ਫਰਾਈਡੇ ਆ ਜਾਂ ਸੈਟਰਡੇ ਆ ਸੱਤਾਂ ਦੇ ਸੱਤਾਂ 'ਚ ਇੱਕ ਵਾਰ ਸੰਡੇ ਆ ਰਿਹਾ ਤਾਂ ਮੰਨ ਲੈ ਸਕਦਾ ਸਮਝ ਲੱਗ ਰਿਹਾ ਕੁਛ ਗੱਲ ਸਮਝ ਲੱਗਦਾ ਹੋਵੇ ਨਾ ਪਤਾ ਲੱਗਦਾ ਹੋਵੇ ਕੁਛ ਵੇਚੇ ਚ ਹੋਵੇ ਬਿਲਕੁਲ ਹੀ ਸੋ ਸਿੰਪਲ ਸਿੰਪਲ ਜੋ ਕੁਸ਼ਚਨ ਹੈ ਟੈਨ ਏ ਐਕਸਰਸਾਈਜ਼ ਦੇ ਵਿੱਚ ਤੁਸੀਂ ਆਰਾਮ ਨਾਲ ਕਵਰ ਕਰ ਸਕਦੇ ਜੇ ਪੜ੍ਹ ਕੇ ਜਾਓਗੇ ਉਸ ਤੋਂ ਬਾਅਦ ਅਡੀਸ਼ਨ ਥਰੂ ਪ੍ਰੋਬੈਬਿਲਿਟੀ ਆ ਗਈ ਜਦੋਂ ਮਿਊਚੁਅਲੀ ਨੇ ਮਿਊਚੁਅਲੀ ਦਾ ਮਤਲਬ ਕਾਮਨ ਤਾਂ ਪੁੱਛਿਆ ਹੀ ਤਾਂ ਫਿਰ ਏ ਯੂਨੀਅਨ ਬੀ ਦੀ ਪ੍ਰੋਬੈਬਿਲਿਟੀ ਕਿੰਨੀ ਹੈ ਏ ਦੀ ਕੋ ਹੈਲੋ ਵਾਈ ਆਰ ਯੂ ਓਪਨਿੰਗ ਬੁੱਕ ਸੋਰੀ ਦਿਲ ਨਹੀਂ ਲੱਗ ਰਿਹਾ ਬੋਰ ਕਰ ਰਹੇ ਉਹਨੇ ਬਰਦਾਸ਼ਤ ਨਹੀਂ ਹੋ ਰਿਹਾ ਚੱਲ ਸਕਦੇ ਘੁੰਮੋ ਕਰੋ ਇਸ ਵਾਰ ਏ ਪਲੱਸ ਬੀ ਦੀ ਪ੍ਰੋਬੈਬਿਲਿਟੀ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਨੇ ਇਹ ਪੁੱਛਣਾ ਪਸੰਦ ਜਿਵੇਂ ਮੈਂ ਆਹ ਕਰਵਾ ਦਿੰਦਾ ਕਹਿੰਦੇ ਜੀ ਦੋ ਮਿਊਚੁਅਲੀ ਐਕਸਕਲੂਸਿਵ ਇਵੈਂਟਸ ਨੇ ਮੀਨਿੰਗ ਇੰਟਰਸੈਕਸ਼ਨ ਹੈ ਨਹੀਂ ਪਹਿਲਾਂ ਹੀ ਕਲੀਅਰ ਹੋ ਜੇ ਤੁਸੀਂ ਡੈਫੀਨੇਸ਼ਨ ਵਰਕ 'ਚ ਸਟਰੋਂਗ ਹੋ ਤਾਂ ਤੁਸੀਂ ਸਮ ਥਿਊਰਮ ਆਰਟੀਕਲ ਨੂੰ ਸਭ ਕਰ ਸਕਦੇ ਹੋ ਜੇ ਡੈਫੀਨੇਸ਼ਨ 'ਚ ਪੂਰਾ ਸਟਰੋਂਗ ਡੈਫੀਨੇਸ਼ਨ ਦਾ ਪਿੱਛੇ ਪੈ ਜਾਓ ਮਤਲਬ ਕਲੀਅਰ ਕਰੋ ਵੀ ਇਹਨੂੰ ਇਹੀ ਨਾਮ ਕਿਉਂ ਦਿੱਤਾ ਗਿਆ ਮਿਊਚੁਅਲੀ ਕਿਉਂ ਕਿਹਾ ਗਿਆ ਐਕਸਕਲੂਸਿਵ ਕਿਉਂ ਕਿਹਾ ਗਿਆ ਗੂਗਲ ਤੁਹਾਡੇ ਫੋਨ 'ਚ ਮਿਊਚੁਅਲੀ ਦਾ ਮੀਨਿੰਗ ਚੈੱਕ ਕਰੋ ਐਕਸਕਲੂਸਿਵ ਮੀਨਿੰਗ ਚੈੱਕ ਕਰੋ ਅੱਧਾ ਕੰਮ ਤਾਂ ਸਮਝ ਉੱਥੇ ਪੈ ਜਾਓ ਇਸ ਤਰੀਕੇ ਨਾਲ ਪੜ੍ਹੋ ਵੀ ਇੱਕ ਵਾਰ ਪੜ੍ਹਿਆ ਹੋਇਆ ਲਾਈਫ ਟਾਈਮ ਯਾਦ ਰੱਖੋ ਪੇਪਰਾਂ ਤੱਕ ਲਾਈਫ ਟਾਈਮ ਤੱਕ ਯਾਦ ਰੱਖੋ ਇਹ ਵੀ ਯਾਦ ਹੋਵੇ ਕਿ ਸਾਨੂੰ ਕਿਹਨੇ ਪੜ੍ਹਾਇਆ ਜਦੋਂ ਕਲਾਸ ਮਾਹੌਲ ਕੀ ਚੱਲ ਰਿਹਾ ਸੀ ਡਾਂਟਿਆ ਗਿਆ ਸੀ ਮੈਨੂੰ ਬੁੱਕ ਬੋਲ ਨਾਲ ਕਈ ਗੱਲਾਂ ਨਾਲ ਕਰਦੇ ਪਰ ਏ ਦੇ ਨਾ ਹੋਣ ਦੀ ਪ੍ਰੋਬੈਬਿਲਿਟੀ 0.65 ਏ ਦੀ ਪ੍ਰੋਬੈਬਿਲਿਟੀ ਕਿੰਨੀ ਰਹੇਗੀ 1/4 ਕਰਕੇ 0.35 ਰਹੇਗੀ ਏ ਯੂਨੀਅਨ ਬੀ ਦੀ ਪ੍ਰੋਬੈਬਿਲਿਟੀ ਕਿੰਨੀ ਹੈ ਇੱਥੇ ਏ ਯੂਨੀਅਨ ਬੀ ਦਾ ਕੀ ਫਾਰਮੂਲਾ ਇਕੁਅਲ ਟੂ ਏ ਦੀ ਪ੍ਰੋਬੈਬਿਲਿਟੀ ਪਲੱਸ ਬੀ 0.65 ਲੈਫਟ ਸਾਈਡ ਤੇ ਆ ਗਿਆ ਯੂਨੀਅਨ ਦੀ ਪ੍ਰੋਬੈਬਿਲਿਟੀ ਰਾਈਟ ਸਾਈਡ ਤੇ ਏ ਦੀ ਪ੍ਰੋਬੈਬਿਲਿਟੀ ਕਿੰਨੀ ਹੈ ਜੀ ਇਹ ਤੋਂ ਪਤਾ ਕਰਕੇ 0.35 ਬੀ ਦੀ ਪ੍ਰੋਬੈਬਿਲਿਟੀ ਕਿੰਨੀ ਹੈ 30 ਹੈ ਬੀ ਦੀ ਵੈਲਿਊ ਚਲੋ ਬੀ ਆਪਾਂ ਨੂੰ ਪਤਾ ਹੀ ਪਰ ਆਪਣਾ ਫਾਰਮੂਲੇ ਦਾ ਤਾਂ ਪਤਾ ਨਾ ਆ ਯੂਨੀਅਨ ਦੀ ਪ੍ਰੋਬੈਬਿਲਿਟੀ ਹੋ ਗਈ ਦਿਸ ਇਜ਼ ਪ੍ਰੋਬੈਬਿਲਿਟੀ ਆਫ ਏ ਯੂਨੀਅਨ ਬੀ ਦਿਸ ਇਜ਼ ਪ੍ਰੋਬੈਬਿਲਿਟੀ ਆਫ ਏ ਦਿਸ ਇਜ਼ ਪ੍ਰੋਬੈਬਿਲਿਟੀ ਆਫ ਬੀ ਇਹ ਹਲੇ ਆਪਣੇ ਕੋਲ ਕੰਮ ਹੋਣਾ ਬਿਲਕੁਲ ਹੀ ਬੱਚਿਆਂ ਵਾਲਾ 5th-6th ਕਲਾਸ ਦਾ ਕੰਮ ਹੈ ਬਾਕੀ ਤੁਹਾਡੇ ਲੈਵਲ ਦਾ ਕੰਮ ਆ ਸਟੇਟਮੈਂਟ ਨੂੰ ਸਮਝਣਾ ਅੱਛੇ ਤਰੀਕੇ ਨਾਲ ਡਿਸੀਜ਼ਨ ਲੈਣਾ ਕਿਸ ਤਰ੍ਹਾਂ ਦਾ ਕੰਮ ਮੇਰੀ ਪੀ ਦੀ ਗੱਲ ਠੀਕ ਹੈ ਹੋਰ ਕਨਫਿਊਜ਼ਨ ਕੋਈ ਨਾ ਨੋਟ ਹੋ ਕੇ ਦੋ ਉਸ ਤੋਂ ਬਾਅਦ ਆ ਗਿਆ ਹੁਣ ਇਵੈਂਟਸ ਐਕਸਕਲੂਸਿਵ ਨਹੀਂ ਹੈਗੇ ਇਹ ਜਿਹੜੀ ਬੀ ਦੀ ਪ੍ਰੋਬੈਬਿਲਿਟੀ ਹੈ ਜਦੋਂ ਉਹਨਾਂ 'ਚ ਕੁਛ ਨਾ ਕੁਛ ਕੰਮ ਹੋਵੇ ਇਹਦੀ ਪ੍ਰੋਬੈਬਿਲਿਟੀ ਪਲੱਸ ਬੀ ਦੀ ਪ੍ਰੋਬੈਬਿਲਿਟੀ ਮਾਈਨਸ ਜਿਹੜਾ ਕੰਮ ਨੇ ਦੋ ਵਾਰ ਗਿਆ ਹੈ ਇੰਟਰਸੈਕਸ਼ਨ ਥਿਊਰਮਸ ਆਪਾਂ ਬਾਅਦ ਵਿੱਚ ਪੂਰਾ ਕਰਦੇ ਹਾਂ ਨੈਕਸਟ ਲੈਕਚਰ ਵਿੱਚ ਅਤੇ ਜੇ ਤਿੰਨ ਹੁਣ ਜੇ ਤਿੰਨ ਇਵੈਂਟਸ ਹੋਣ ਮੰਨ ਲਓ ਇਸ ਤਰ੍ਹਾਂ ਦਾ ਕੰਮ ਹੈ ਆਹ ਏ ਇਵੈਂਟ ਹੈ ਆਹ ਬੀ ਇਵੈਂਟ ਹੈ ਆਹ ਸੀ ਇਵੈਂਟ ਹੈ ਠੀਕ ਹੈ ਇੱਥੇ ਆਹ ਕਾਮਨ ਏਰੀਆ ਤਿੰਨਾਂ ਦਾ ਕਿਉਂਕਿ ਇੱਥੇ ਏ ਵੀ ਆ ਰਿਹਾ ਇੱਥੇ ਬੀ ਵੀ ਆ ਰਿਹਾ ਇੱਥੇ ਸੀ ਵੀ ਆ ਰਿਹਾ ਆਹ ਕੀ ਆ ਇਹ ਜਸਟ ਏ ਇੰਟਰਸੈਕਸ਼ਨ ਨਹੀਂ ਹੈ ਇੱਥੇ ਏ ਅਤੇ ਬੀ ਆ ਸੀ ਨਹੀਂ ਹੈ ਆਹ ਵਾਲਾ ਏਰੀਆ ਕੀ ਆ ਇਹ ਏ ਇੰਟਰਸੈਕਸ਼ਨ ਸੀ ਆ ਏ ਦਾ ਪੋਰਸ਼ਨ ਆ ਸੀ ਦਾ ਪੋਰਸ਼ਨ ਆ ਆਹ ਵਾਲਾ ਏ ਬੀ ਇੰਟਰਸੈਕਸ਼ਨ ਸੀ ਆ ਆਹ ਤਿੰਨਾਂ ਦਾ ਹੀ ਹੋ ਗਿਆ ਏ ਇੰਟਰਸੈਕਸ਼ਨ ਬੀ ਇੰਟਰਸੈਕਸ਼ਨ ਸੀ ਆ ਏ ਆਉਂਦੀ ਆ ਆਹ ਬੀ ਆਉਂਦੀ ਆ ਆਹ ਸੀ ਆਉਂਦੀ ਆ ਆਹ ਵਾਲਾ ਨਾ ਏ ਆ ਨਾ ਬੀ ਆ ਨਾ ਸੀ ਆ ਨਾ ਨਾ ਬੀ ਇਹਦੇ ਵਿੱਚ ਕੀ ਫਾਰਮੂਲਾ ਹੁੰਦਾ ਤਿੰਨ ਦੀ ਯੂਨੀਅਨ ਦੀ ਪ੍ਰੋਬੈਬਿਲਿਟੀ ਪਤਾ ਕਰਨ ਦਾ ਏ ਯੂਨੀਅਨ ਬੀ ਯੂਨੀਅਨ ਸੀ ਦੀ ਪ੍ਰੋਬੈਬਿਲਿਟੀ ਫਾਰਮੂਲਾ ਏ ਦੀ ਪ੍ਰੋਬੈਬਿਲਿਟੀ ਪਲੱਸ ਬੀ ਦੀ ਪ੍ਰੋਬੈਬਿਲਿਟੀ ਪਲੱਸ ਸੀ ਦੀ ਪ੍ਰੋਬੈਬਿਲਿਟੀ ਮਾਈਨਸ ਦੋ ਦੋ ਦੀ ਪ੍ਰੋਬੈਬਿਲਿਟੀ ਏ ਦੀ ਬੀ ਨਾਲ ਮਾਈਨਸ ਬੀ ਦੀ ਸੀ ਨਾਲ ਮਾਈਨਸ ਸੀ ਦੀ ਏ ਪਲੱਸ ਤਿੰਨਾਂ ਦੀ ਪ੍ਰੋਬੈਬਿਲਿਟੀ ਇੰਟਰਸੈਕਸ਼ਨ ਏ ਇੰਟਰਸੈਕਸ਼ਨ ਬੀ ਇੰਟਰਸੈਕਸ਼ਨ ਇਸ ਤਰੀਕੇ ਨਾਲ ਯਾਦ ਕਰ ਲਿਓ ਫਿਰ ਨੂੰ ਆਪਾਂ ਕੱਲ੍ਹ ਡਿਸਕਸ ਕਰਦੇ ਹਾਂ ਮੈਂ ਇਸ ਐਕਸਰਸਾਈਜ਼ ਦੇ ਕੁਛ ਕਿਸਮ ਕਰਵਾ ਦਿੰਦਾ ਇਸ ਵਾਰ ਨੈਕਸਟ ਕਲਾਸ ਦੇ ਬੱਚੇ ਆਏ ਪਏ ਨੇ ਟੂ ਡਾਈਸ ਦਾ ਸਟਾਲਸ ਦਾ ਬੰਦ ਸੀ ਇੱਕ ਵਾਰ ਦੋ ਡਾਈਸ ਕਰੋਸ ਕੀਤੀਆਂ ਨੇ ਟੋਟਲ 36 ਕੇਸ ਹੋਣ ਉਹ ਚਾਰਟ ਜਿਹਾ ਬਣਾ ਲਿਆ ਪ੍ਰੋਬੈਬਿਲਿਟੀ ਆਫ ਐਨ ਈਵਨ ਨੰਬਰ ਔਨ ਫਸਟ ਡਾਈ ਫਸਟ ਡਾਈਸ ਤੇ ਈਵਨ ਨੰਬਰ ਹੋਣਾ ਚਾਹੀਦਾ ਦੋ ਨਾਲ ਪੁੱਛੂਗਾ ਚਾਰ ਨਾਲ ਪੁੱਛੇਗਾ ਛੇ ਨਾਲ ਪੁੱਛੇਗਾ ਐਂਡ ਟੋਟਲ ਵੀ ਹੋਣਾ ਦੋਨਾਂ ਦਾ 8 ਹੋਣਾ ਚਾਹੀਦਾ ਸੋ ਦੋ ਦੇ ਨਾਲ ਆਪਾਂ 6 ਲੈ ਸਕਦੇ ਹਾਂ ਬਸ ਚਾਰ ਦੇ ਨਾਲ ਆਪਾਂ 4 ਲੈ ਸਕਦੇ ਹਾਂ 6 ਦੇ ਨਾਲ ਆਪਾਂ 2 ਲੈ ਸਕਦੇ ਹਾਂ ਤਾਂ ਆਹ ਫੇਵਰੇਬਲ ਕੇਸ ਹੋ ਦੋ ਨਾਲ 6 ਆ ਤਾਂ ਵੈਸੇ ਹੋ ਗਏ ਟੋਟਲ 20 ਦੇ ਇੱਕ ਇਵੈਂਟ ਦੋ ਪ੍ਰਕਾਰ ਦੀਆਂ ਗੱਲਾਂ ਚੱਲ ਰਹੀਆਂ ਨੇ ਇੱਥੇ ਇੱਕ ਤਾਂ ਗੱਲ ਚੱਲ ਰਹੀ ਹੈ ਵੀ ਪਹਿਲੀ ਡਾਈਸ 'ਤੇ ਈਵਨ ਆਉਂਦਾ ਇੱਕ ਗੱਲ ਚੱਲ ਰਹੀ ਹੈ ਵੀ ਦੋਨਾਂ ਦੇ ਉੱਤੇ ਟੋਟਲ 8 ਹੋਣਾ ਚਾਹੀਦਾ ਪਹਿਲੇ ਕੇਸ 'ਤੇ ਇਹਨਾਂ ਨੂੰ ਆਪਾਂ ਡਿਸੀਜਨ ਵੈਰੀਏਬਲ ਬਣਾਵਾਂਗੇ ਤੁਸੀਂ ਕਿਸੇ ਨੂੰ ਕਿਸੇ ਚੀਜ਼ ਨੂੰ ਅਸਾਈਨ ਕਰ ਰਹੇ ਡਿਨੋਟ ਕਰ ਰਹੇ ਸੋ ਏ ਦੇ ਨਾਲ ਕੀ ਆ ਗਿਆ ਪਹਿਲਾਂ ਏ ਦੇ ਗੱਲ ਕਰੀਏ ਇਹ ਏ ਉਹ ਇਵੈਂਟ ਹੈ ਇਨ ਵਿੱਚ
ਈਵਨ ਨੰਬਰ ਔਨ ਫਸਟ ਲਾਈਨ ਤੋਂ 2 ਦੇ ਨਾਲ 6 ਕੇਸ ਨੇ ਤੇ 4 ਦੇ ਨਾਲ 6 ਕੇਸ ਨੇ 6 ਦੇ ਨਾਲ 6 ਕੇਸ ਨੇ ਟੋਟਲ 36 ਹੁੰਦੇ ਆ ਤਾਂ ਇਹ ਕਿੰਨੇ ਹੋ ਗਏ 18 ਜੀ 18 ਬਾਈ 36 ਆ ਜਾਂਦਾ ਇਹਦੀ ਪ੍ਰੋਬੈਬਿਲਟੀ ਕਿੰਨੀ ਆ ਜੀ 18 ਬਾਈ 36 ਬੀ ਅਪਾਇੰਟਮੈਂਟ ਗੱਲ ਕਰਦੇ ਆ ਜਦੋਂ ਟੋਟਲ ਆਪਾਂ 8 ਚਾਹੀਦਾ ਤਾਂ ਮੈਂ 2 ਨਾਲ 6 ਰੱਖ ਸਕਦਾ 3 ਨਾਲ 5 ਰੱਖ ਸਕਦਾ 4 ਨਾਲ 4 ਰੱਖ ਸਕਦਾ 5 ਨਾਲ 3 ਰੱਖ ਸਕਦਾ 6 ਨਾਲ 2 ਰੱਖ ਸਕਦਾ 1 2 3 4 5 1 2 3 4 5 5 36 ਆ ਗਿਆ ਹੁਣ ਇੰਟਰਸੈਕਸ਼ਨ ਦੀ ਗੱਲ ਕਰੀਏ ਇੰਟਰਸੈਕਸ਼ਨ ਵੀ ਹੋ ਗਿਆ ਪਹਿਲੇ ਤੇ 2 ਵੀ ਹੋ ਈਵਨ ਵੀ ਹੋਵੇ ਐਂਡ ਸੈਕੰਡਲੀ ਦੋਨਾਂ ਦਾ ਟੋਟਲ 8 ਵੀ ਬਣ ਜਾਵੇ ਸੋ 2 ਨਾਲ 6 4 ਨਾਲ 4 6 ਨਾਲ 2 ਤਿੰਨੋਂ ਵੀ 3 ਬਾਈ 6 36 ਬਿਕੋਜ਼ ਇੱਥੇ ਔਰ ਦੀ ਗੱਲ ਕਰੀ ਹੋਈ ਸੀਗੀ ਆ ਔਰ ਸੀਗਾ ਔਰ ਦਾ ਮੀਨਿੰਗ ਕੀ ਆ ਯੂਨੀਅਨ ਏ ਯੂਨੀਅਨ ਬੀ ਦੀ ਪ੍ਰੋਬੈਬਿਲਟੀ ਕੀ ਚੱਲੀ ਆ ਹਾਂਜੀ ਐਡ ਕਿ ਆਪਾਂ ਪਹਿਲਾਂ ਏ ਦੀ ਪ੍ਰੋਬੈਬਿਲਟੀ ਕੱਢੀ ਫਿਰ ਬੀ ਦੀ ਪ੍ਰੋਬੈਬਿਲਟੀ ਕੱਢੀ ਫਿਰ ਇੰਟਰਸੈਕਸ਼ਨ ਦੀ ਹੁਣ ਆਪਾਂ ਐਡੀਸ਼ਨ ਜ਼ਰੂਰ ਲਗਾ ਲਾਂਗੇ ਏ ਯੂਨੀਅਨ ਬੀ ਦੀ ਪ੍ਰੋਬੈਬਿਲਟੀ ਦਾ ਫਾਰਮੂਲਾ ਕੀ ਆ ਏ ਦੀ ਪ੍ਰੋਬੈਬਿਲਟੀ ਪਲੱਸ ਬੀ ਦੀ ਪ੍ਰੋਬੈਬਿਲਟੀ ਮਾਈਨਸ ਇੰਟਰਸੈਕਸ਼ਨ ਏ ਦੀ 30 18 ਬਾਈ 36 ਬੀ ਦੀ 5 ਬਾਈ 36 ਕਾਮਨ ਆਇਆ ਸੀ 3 ਇਸ ਤਰ੍ਹਾਂ ਦਾ ਮਤਲਬ ਇਹ ਸੀ ਐਕਸਰਸਾਈਜ਼ ਦਾ ਕਰਾ ਮੇਰੇ ਵੱਲੋਂ ਫਿਨਿਸ਼ਰ ਤੁਸੀਂ ਕਰੋ ਆਪਣੇ ਮਾਰਕਰ ਨਾਲ ਹਾਈ